ਅਸਲਾਮੁ ਅਲੈਕੁਮ ਭੈਣਾਂ ਤੇ ਭਰਾਓ, ਮੈਂ ਤੁਹਾਡਾ ਆਪਣਾ ਜ਼ਫਰੀ ਖਾਨ ਤੇ ਅੱਜ ਅਸੀਂ ਕਿਸੇ ਆਪਣੇ ਮਹਿਮਾਨ ਦੀ ਫਰਮਾਇਸ਼ ਤੇ ਬਣਾ ਰਹੇ ਹਾਂ ਆਲੂ ਗੋਸ਼ਤ ਤੇ ਚਾਵਲ। ਅੱਛਾ, ਡਿਸ਼ਾਂ ਰਿਪੀਟ ਹੁੰਦੀਆਂ ਨੇ, ਲੇਕਿਨ ਇਹ ਕਿ ਮੈਂ ਆਪਣੇ ਮਹਿਮਾਨ ਨੂੰ ਪੁੱਛ ਲੈਂਦਾ ਕਿ ਵੀ ਅੱਜ ਉਹਨੇ ਕੀ ਖਾਣਾ, ਉਹ ਜੋ ਫਿਰ ਉਹਦਾ ਦਿਲ ਕਰੇ ਉਹਦੇ ਹਿਸਾਬ 'ਚ ਉਹ ਫਿਰ ਮੈਨੂੰ ਦੱਸ ਦਿੰਦਾ, ਮੈਂ ਉਹ ਹੀ ਪਕਾਉਣਾ। ਹਾਲਾਂਕਿ ਆਲੂ ਗੋਸ਼ਤ ਮੈਂ ਪਹਿਲੇ ਵੀ ਬਣਾਇਆ ਹੈ ਤੇ ਅਸੀਂ ਲਿਆ ਬੱਕਰੇ ਦਾ ਗੋਸ਼ਤ, ਬੜਾ ਅੱਛਾ ਲਾ ਯਾਰ। ਇਹ ਜੀ ਸਾਡਾ ਬੱਕਰੇ ਦਾ ਮੀਟ, ਇਹ ਸਾਡਾ ਪਿਆਜ਼ ਜੀ। ਅਸੀਂ ਹਾਲਾਂਕਿ ਪਿਆਜ਼ ਪਹਿਲੇ ਧੋਤਾ ਹੈ, ਲੇਕਿਨ ਫਿਰ ਵੀ ਆਦਤ ਹੈ ਮੈਨੂੰ ਬਾਰ ਬਾਰ ਧੋਣ ਦਾ। ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ। ਇਹ ਕਮ ਸੇ ਕਮ 1.5 ਕਿਲੋ ਹੈਗਾ ਜੀ ਗੋਸ਼ਤ। ਇਹ ਸਾਡਾ ਪਿਆਜ਼, ਛੁਰੀ ਦਿਓ ਉਹ ਮੈਨੂੰ, ਅਦਰਕ ਕੁੱਟ ਦੇ, ਲਸਣ ਮੈਨੂੰ ਸਾਬਤ ਦੇਵੇ। ਲਸਣ ਜੀ ਸਾਬਤ ਸਾਡਾ, ਪਾਣੀ ਬਸ ਅਸੀਂ ਹਸਬੇ ਜ਼ਾਇਕਾ ਜਿਹਾ ਲਾਵਾਂਗੇ ਤਾਂ ਕਿ ਗੋਸ਼ ਜਿਹੜਾ, ਖੈਰ ਪਾਣੀ ਜ਼ਾਇਆ ਨਹੀਂ ਹੁੰਦਾ, ਅਸੀਂ ਬਾਅਦ 'ਚ ਇਹਦੀ ਅਸੀਂ ਯਖਨੀ ਬਣਾ ਲਾਂਗੇ, ਸ਼ੋਰਬਾ ਕੱਢ ਲਾਂਗੇ। ਇਹ ਜੀ ਸਾਡਾ ਬਿਊਟੀ ਬਕਸ, ਸਬਜ਼ ਮਿਰਚਾਂ, ਇਹ ਥੋੜ੍ਹਾ ਜਿਹਾ ਅਸੀਂ ਤਰ੍ਹਾਂ ਸਪਾਈਸੀ ਰੱਖਾਂਗੇ ਕਿਉਂਕਿ ਸ਼ੋਰਬਾ ਬਣਨਾ। ਨਮਕ ਤੁਸੀਂ ਹਸਬੇ ਜ਼ਾਇਕਾ ਪਾਉਣਾ। ਕਲਵੰਜੀ, ਕਾਲੀ ਮਿਰਚ। ਅੱਛਾ, ਕੁਛ ਚੀਜ਼ਾਂ ਮਸ਼ਹੂਰ ਮਸ਼ਹੂਰ ਨੇ, ਉਹਨਾਂ ਦਾ ਮੈਂ ਨਾਂ ਨਹੀਂ ਲੈਂਦਾ, ਜਿਵੇਂ ਹਲਦੀ ਮਿਰਚ, ਉਹਦਾ ਸਾਰਿਆਂ ਨੂੰ ਪਤਾ ਹਲਦੀ। ਵਿੱਚ ਪਾ ਦੇ ਚਮਚਾ ਲਾਓ। ਲਓ ਜੀ, ਹਾਂਡੀ ਸਾਡੀ ਪੱਕ ਗਈ, ਹੁਣ ਬਸ ਚੁੱਲ੍ਹੇ 'ਤੇ ਰੱਖਣ ਦੀ ਦੇਰ ਹੈ। ਅੱਛਾ, ਛੋਟਾ ਗੋਸ਼ਤ ਹੈ ਵੈਸੇ ਵੀ, ਇਹਨੇ ਗਲ ਜਾਣਾ, ਲੇਕਿਨ ਅਸੀਂ ਥੋੜ੍ਹਾ ਜਿਹਾ ਇਸ ਕਰਕੇ ਪਾਣੀ ਲਾ ਰਹੇ, ਹੁਣ ਇਹਨੂੰ ਬੰਦ ਕਰਨਾ ਕੰਮ ਹੈ। ਇਹ ਜੀ ਸਾਡਾ ਗੋਸ਼ਤ ਚੜ੍ਹ ਗਿਆ ਕੁੱਕਰ 'ਤੇ, ਅਸੀਂ ਤਕਰੀਬਨ ਸਿਰਫ 10 ਮਿੰਟ ਲਾਵਾਂਗੇ ਇਹਨੂੰ, ਕਿਉਂਕਿ ਜ਼ਿਆਦਾ ਨਹੀਂ, ਪਰ 10 ਮਿੰਟ ਲਾਵਾਂਗੇ, ਉਸ ਤੋਂ ਬਾਅਦ ਇਨਸ਼ਾਅੱਲਾ ਇਹਨੂੰ ਅਸੀਂ ਆਇਲ 'ਚ ਭੁੰਨਾਂਗੇ। ਕਾਸਾ ਵੀ ਇੱਧਰ ਨੂੰ, ਔਰੇਂਜ ਟ੍ਰੇਨ ਨੂੰ ਆਉਣਾ ਚਾਹੀਦਾ। ਕੀ ਹਾਲ ਕਰ ਲਿਆ ਜੀ ਆਪਣਾ, ਹਨੀ ਅਲਬੇਲਾ ਸਾਹਿਬ ਹੈ ਜੀ ਅੱਜ ਹਮਾਰੇ ਮਹਿਮਾਨ, ਮੁਬਾਰਕ ਹਸੀਬ ਭਾਈ, ਜਿੰਨੇ ਵੀ ਸ਼ੋ ਚੱਲ ਰਹੇ ਨਾ ਇਸ ਟਾਈਮ, ਜਿੰਨੇ ਵੀ ਉਹ ਸਾਰੇ ਇਹੀ ਬਣਾਉਂਦਾ ਜੀ, ਦੇਖ ਲਓ। ਅਸਲਾਮ ਅਲੈਕੁਮ ਜੀ, ਸ਼ਹਿਜ਼ਾਦ ਸਾਹਿਬ ਜੀ, ਮਾਸ਼ਾਅੱਲਾ, ਆ ਜਾਓ ਸਭ, ਨਾਈਸ। ਲਓ ਜੀ, ਇਹ ਸਾਡੀ ਕੁੱਕਰ ਦੀ ਸੀਟੀ ਬੋਲ ਪਈ, ਪਿਆਉ ਜਿਹੜਾ ਚੱਲ ਰਿਹਾ, ਹਨੀ ਸਾਹਿਬ ਤੇ ਗੁਰਫਾਨ ਸਾਹਿਬ ਨੂੰ ਪੁੱਛਦੇ ਹਾਂ ਕਿ ਅੱਜ ਕੱਲ੍ਹ ਕੀ ਕਰ ਰਹੇ। ਯਾਰ ਤੁਸੀਂ ਆਏ, ਸਭ ਤੋਂ ਪਹਿਲੇ ਤਾਂ ਬਹੁਤ ਬਹੁਤ ਮੁਬਾਰਕ, ਖੈਰ ਮਾਰੀ, ਮੈਂ ਤੁਹਾਡੇ ਅਕਸਰ ਵੀਡੀਓਜ਼ ਦੇ ਵਿੱਚ ਤੁਹਾਡਾ ਫਾਰਮ ਹੋ ਦੇਖਿਆ, ਬੜਾ ਅੱਛਾ ਲੱਗਾ, ਔਰ ਅੱਜ ਖੁਦ ਆਇਆ। ਅੱਛਾ, ਇਹ ਗੱਲ ਕਰਦਾ ਨਾ, ਮੈਨੂੰ ਇੰਝ ਹੀ ਲੱਗਦਾ ਜਿਵੇਂ ਵੱਡੇ ਖਾਨ ਸਾਹਿਬ ਬੋਲ ਰਹੇ। ਐਸੇ ਕੋਈ ਬਾਤ ਨਹੀਂ, ਇਹ ਕਿਆ ਬਣਾਇਆ ਖਾਣਾ ਤੁਹਾਡੇ, ਲਿਆਓ ਜੀ ਜਰਾ ਅੰਦਰੋਂ, ਉਹ ਲਿਆਓ ਪਾ ਕੇ ਭਰਾ 'ਚ, ਇਹ ਤੁਹਾਡੇ ਲਈ ਬਣਾਉਣ ਲੱਗੇ ਜੀ ਖਾਸਾ ਖਾਣਾ, ਕੋਈ ਨਈ ਨਈ ਡਿਸ਼ ਬਣਾਈ, ਨਈ ਡਿਸ਼ ਬਣਾ ਲੱਗੇ ਖਾਸਾ ਤੁਹਾਡੇ ਲਈ। ਅਰੇ ਕਿਆ ਬਾਤ ਹੈ ਬਈ, ਅਰੇ ਮਾਸ਼ਾਅੱਲਾ, ਉਹਦੇ 'ਚ ਮੈਂ ਆਲੂ ਉਬਾਲ ਰਿਹਾ ਨਾ, ਆਲੂ ਆਲੂ ਡਿਸ਼ ਕਿਹਦੇ 'ਚ ਬਣਾ ਰਹੇ, ਡਿਸ਼ ਦੂਜੀ ਬਣਾਉਣੀ, ਲਿਆਓ ਜੀ। ਬਹੁਤ ਅੱਛੇ ਮਾਸ਼ਾਅੱਲਾ, ਕਿਆ ਬਾਤ, ਇੱਥੇ ਦੌੜ ਦੌੜ ਵੀ ਰਹਿਣ ਦੇ, ਕ੍ਰਿਕਟ ਖੇਡਣੇ ਨਾ, ਲਾਈਟਿੰਗ ਲੱਗੀ। ਅਰੇ ਕਿਆ ਬਾਤ, ਯਾਨੀ ਕਿ ਆਪਕਾ ਜੋ ਸਪਨਾ ਬਚਪਨ ਕਾ ਥਾ ਪੂਰਾ ਹੋ ਗਿਆ, ਕੀ ਖਾਸਾ। ਇਹ ਪਕਾਉਣ ਲੱਗੇ ਜੀ ਤੁਹਾਡੇ ਲਈ ਪੰਜੇ, ਇਹਦੀਆਂ ਕੁਕੜੀਆਂ ਕਿੱਥੇ, ਕੁਕੜੀਆਂ ਮੈਂ ਕਿਹਾ ਪੰਜੇ ਛੱਡ ਕੇ ਦੌੜ ਗਏ,
माशाल्लाह ये किसे नु पाउणे ने या खाने ने ए तुहाडे लई पकान लगे जी बहुत ए की ये तो मैं कदम नहीं यार ये सिर्फ खानिया चाहिए लेकिन ये जब किसी पंजे दी छे उंगलां ना उंज खानी है पुड़पुड़ी से नहीं तुहाडे लई पकान लगा अज मैं अच्छा जी हां क्या यानी कि जरा ना खाए बैठे मु आजी गुलबान साहब पंजे पका रहे ताडे लिए अजला नहीं ते ए विच सारे कुकड़ी दे ने नहीं सुने वैसे ना अपना इहदा सूप अच्छा हुंदा अज ओही पी लेना ना सूप ही प्याणा नाल चिट्टे चावल ते नाल किसे नु प्याणा होवे ते अच्छा नहीं किसे नु प्याणा सर आप ਤੁਸੀਂ ਨਾ ਖੁੱਲੇ ਇਲਾਕੇ ਚ ਰਹਿ ਕੇ ਨਾ ਕੋਈ ਚੈਲੰਜ ਟੈਪ ਹੋਗਾ ਅੱਛਾ ਨੇਲ ਕਟਰ ਹੈਗਾ ਆਹੋ ਨਖੂਰ ਕਟ ਲਿਆ ਤਰਾ ਨਾ ਤੇ ਇਹਦੇ ਲਾਉ ਨਾ ਪਹਿਲੇ ਪਾ ਇਹ ਤੇ ਲਾ ਕੇ ਖਾਈ ਦੇ ਆਹੋ ਆ ਨਾ ਮੈਂ ਅਜੇ ਤੱਕ ਨਹੀਂ ਖਾਦੇ ਪੰਜੇ ਬਚਪਨ ਚ ਅੱਬੇ ਕੋ ਤੇ ਖਾਦੇ ਅੱਬੇ ਕੋ ਤੇ ਖਾਦੇ ਨੇ ਨਹੀਂ ਵਾ ਹਾਨੀ ਅਲਬੇਲਾ ਸਾਹਿਬ ਜੀ ਹਾਜੀ ਅਲਬੇਲਾ ਸਾਹਿਬ ਹਮਾਰੇ ਸੁਪਰ ਸਟਾਰ ਅੱਲਾ ਪਾਕ ਉਨਕੋ ਜੰਨਤ ਅਲ ਫਰਦੌਸ ਮੇ ਜਗ੍ਹਾ ਤਾ ਫਰਮਾਏ ਆਮੀਨ ਸੁਮਾ ਆਮੀਨ ये उनके बेटे हैं और हनी क्योंकि मेरा बचपन का तुम कह सकते हो कि दोस्त है छोटा जहा हों से अलहमरा से जो जाना बर्गर बुर्गर खाने बड़े नफीस आर्टिस्ट हैं जी हाँ जी साडा तकरीबन स्ट्रगल टाइम व्यूअर्स इकट्ठा गुजर है और असं उदो ये चीज़ा सोचते होंगे स डिस्कस करते होंगे स कि यार एक वक्त आएगा कुकड़ी के पंदे खावे फिल्म लग पी अच्छा ना 12 बजे तो बाद खाई थे यार वाकई नहीं अपना हम सब मेरे लगा के एक नेचुरल जी डिश ही है बड़ा दी भी नेचुरल नहीं तुसी की खाना चाह रहे असी हुन की खाना ਤੇ ਫਾਈਨਲੀ ਕਰ ਸਕਦੇ ਕਿ ਤੁਸੀਂ ਕੁਕੜੀ ਦਾ ਖਾ ਰਹੇ ਕੋ ਕੁਕੜ ਦਾ ਖਾ ਰਹੇ ਸਾਨੂੰ ਤੁਸੀਂ ਨੇ ਇੱਕ ਫਾਰਮ ਹਾਊਸ ਤੋਂ ਜਦੋਂ ਨਹੀਂ ਪੋਪਟ ਮੰਗਾ ਨਹੀਂ ਇਹ ਤੋਂ ਪਟਾਕੇ ਬਤੂਕੇ ਕੱਢ ਲਓ ਨਾ ਵੇਲੇ ਬੈਠੇ ਤੁਸੀਂ ਆਹ ਗੱਲ ਤੇ ਵੀ ਸਹੀ ਹੈ ਲੋ ਜੀ ਇਹ ਸਾਡੀ ਸਿਟੀ ਬੋਲ ਗਈ ਅਸੀਂ ਇਹ ਕੁੱਕਰ ਬੰਦ ਕਰ ਦਿੱਤਾ ਬਸ 2 ਮਿੰਟ ਬਾਅਦ ਅਸੀਂ ਇਹਨੂੰ ਉੱਤੋਂ ਚੁੱਕ ਲਿਆਂਗੇ ਪੰਜੇ ਲੈ ਆਂਦੇ ਕੁਕੜੀ ਭਾਵੇਂ ਉੱਤੇ ਖੁਰਕਣ ਤੋਂ ਬੈਠੀਆਂ ਨਹੀਂ ਮੈਂ ਚਾਹੁੰਦਾ ਕਿ ਇਹ ਪਕਾਵਾਂ ਤੁਹਾਡੇ ਲਈ ਮੈਂ ਅੱਛਾ ਬੜਾ ਤਗੜਾ ਪੰਜਾ ਹੈ ਜਿਵੇਂ ਬਾਕਸਰ ਕੁੱਕੜ ਦਾ ਨਹੀਂ ਹੁੰਦਾ ਇਹ ਸਿਰਫ ਕੁੱਕੜ ਦਾ ਨਹੀਂ ਹੈ ਖਾਨ ਸਾਹਿਬ ਦੇ ਵਿੱਚ ਇਹਨਾਂ ਦੇ ਵੀ ਪਾਏ ਆਹੋ ਇੰਨੀ ਕੁਕੜੀਆਂ ਮੇਰਾ ਖਿਆਲ ਪੂਰਾ ਫਾਰਮ ਹਾਊਸ ਫਾਰਮ ਤੇ ਨਹੀਂ ਨਾ ਵੱਢ ਲਿਆ ਕਿਤੇ ਨਹੀਂ ਤੇ ਜਿਹਨਾਂ ਕੁਕੜੀਆਂ ਦੇ ਲਾਏ ਨੇ ਉਹ ਕਿਤੇ ਨੇ ਉਹ ਰੋਂਡੀਆਂ ਹੋਣੀਆਂ ਪਿੱਛੇ ਕਿਤੇ ਬੈ ਅੱਛਾ ਮੈਂ ਤਾਂ ਸੁਣਿਆ ਸੀ ਬਲਕਿ ਦੇਖਿਆ ਵੀ ਸੀ ਤੁਹਾਡੇ ਫਾਰਮ ਹਾਊਸ ਤੋਂ ਜਿਹੜਾ ਗੈਸਟ ਆਉਂਦਾ ਬੱਕਰੇ ਤੇ ਉਹਦੇ ਢਿੱਡ ਦੇ ਵਿੱਚ ਚੌਲ ਤੇ ਮੇਵੇ ਤੇ ਗਰੀ ਤੇ ਬੱਕਰੇ ਨਜ਼ਰ ਨਹੀਂ ਆ ਰਹੇ ਨਹੀਂ ਬੱਕਰੇ ਤਾਂ ਨਮਹਾਨੇ ਆ ਲੇਕਿਨ ਮੈਨੂੰ ਨਾ ਅਸਲ ਚ ਨਾ ਹਸੀਬ ਭਾਈ ਨੇ ਕਿਹਾ ਸੀ ਕਿ ਵੀ ਹਨੀ ਇਹ ਬਹੁਤ ਸ਼ੌਕ ਨਾਲ ਖਾਂਦਾ ਰਾਤੀ ਮੇਰੀ ਗੱਲ ਹੋਈ ਨਾ ਹਸੀਬ ਨਾਲ ਉਹਨੇ ਕਿਹਾ ਬੜੇ ਸ਼ੌਕ ਨਾਲ ਖਾਂਦਾ ਜੋ ਮੈਂ ਫਿਰ ਕਿ ਐ ਹੀ ਮੰਗਾ ਲੈ ਮੈਂ ਕਿਹਾ ਐ ਹੀ ਪਕਾਓ ਯਾਰ ਪੰਜੀ ਅਸੀਂ ਘਰੋਂ ਖਾਣੇ ਗੁੱਡੀਆਂ ਹਾਂਜੀ ਔਰ ਉਹ ਉਹਨਾਂ ਉਂਗਲਾਂ 'ਚ ਮੁੰਦਰੀਆਂ ਵੀ ਹੁੰਦੀਆਂ ਠੀਕ ਹੈ ਜੀ ਕਿਸੇ ਪੰਜੇ ਤੇ ਮਹਿੰਦੀ ਵੀ ਲੱਗੀ ਹੁੰਦੀ ਹੈ ਹਾਂਜੀ ਉਹ ਪੰਜੇ ਸਾਡੇ ਬਾਰੇ 'ਚ ਨੇ ਕਿਸੇ ਵੇਲੇ ਨਾਗ ਵਾਲੀ ਵੀ ਪੈ ਜਾਂਦੀ ਹੁੰਦੀ ਲੇਕਿਨ ਇਹ ਕਿ ਜ਼ਿਆਦਾ ਉਹ ਅੱਛਾ ਜ਼ਖਮੀ ਪੰਜਾ ਹੈ ਕਿਤੇ ਕੁੱਕੜ ਦੀ ਫਾਈਟ ਵੀ ਹੋਈ ਹੈ ਨਹੀਂ ਹੁਣ ਪਕਾਈਏ ਇਹਨਾਂ ਨੂੰ ਇਹ ਤੁਪੇ ਨੇ ਨਹੀਂ ਨਹੀਂ ਇਹਨੂੰ ਅਸੀਂ ਨਾ ਲਟਾਓ ਧਾਗਾ ਪਾ ਕੇ ਨਾ ਸਾਡੇ ਗਲ ਚ ਯਾਰ ਨਹੀਂ ਖਾਸਾ ਵੀ ਜ਼ਿਆਦੀ ਹੈ ਬਈ ਯਾਰ ਬੜੇ ਅੱਛੇ ਪਕਦੇ ਨੇ ਆਪਣਾ ਪੰਜਾ ਪੜੋ ਨਜ਼ਰ ਪੰਜੇ ਨਾਲ ਪੰਜਾ ਮਲਾਈ ਪੰਜਾ ਦਸਤੀ ਕਰੀਏ ਜ਼ਰਾ ਨਹੀਂ ਡਰਾਮੇ ਬੰਦ ਹੋਏ ਨੇ ਉਹਦੀ ਦੋ ਪੰਜੇ ਨਹੀਂ ਖਾ ਰਹੇ ਸਾਨੂੰ ਕੋਈ ਅੱਛੇ ਯਾਰ ਹਨੀ ਸਾਹਿਬ ਪਤਾ ਕੀ ਗੱਲ ਹੈ ਇਹ ਤੁਸੀਂ ਇਹਨਾਂ ਨੂੰ ਲਾਈਟ ਨਾ ਲਵੋ ਇਹ ਜੁਆਇੰਟ ਵਾਸਤੇ ਗੋਡਿਆਂ ਵਾਸਤੇ ਇਹਨਾਂ ਦੀ ਯਖਨੀ ਜਿਹੜੀ ਨਾ ਬੜੀ ਮਫੀਦ ਹੁੰਦੀ ਹੈ ਅੱਛਾ ਜੀ ਤੇ ਮੈਂ ਚਾਹੁੰਦਾ ਕਿ ਜਿਹਨਾਂ ਨੂੰ ਹੈ ਉਹ ਬ੍ਰੇਨ ਸਾਨੂੰ ਤਾਂ ਸ਼ੁਕਰ ਮਾਲਕ ਦਾ ਜੀ ਗੋਡੇ ਗੁੱਟੇ ਠੀਕ ਨੇ ਲੇਕਿਨ ਨਹੀਂ ਇਹਨਾਂ ਚ ਆਲੂ ਨਾਲ ਪਾ ਲਈਏ ਕਿ ਟਿੰਡੇ ਪਾ ਲਈਏ ਇਹਦੇ ਚ ਕੱਖ ਵੀ ਨਹੀਂ ਪੈਂਦਾ ਜੀ ਇਹ ਸਿਰਫ ਇਕੱਲੇ ਹੀ ਪਕਦੇ ਨੇ ਉਹ ਵੀ ਪਤਾ ਨਹੀਂ ਕੌਣ ਪਕਾਉਂਦੇ ਨੇ कुछ ना पाओ
नखूना समेत ही ना पका लिए बिलकुल ठीक है अंदर जाके थोड़ी थोड़ी खारिश भी कर देना कमाल हो गई बल्कि जिन्हें जिन्हें ना होना मैं कहना दस्ताने चढ़ा के पकाओ अच्छा मैं सोच रहा है जिन्हें मुर्गियां दे कुकड़ां दे लाए वो इंज फेर रहे नहीं फिर ना पकाइए अज इन्हां यार रहन दो खुदा दा वास्ते नहीं अच्छा ए तुहानू एक होर गल दसा बकरे ट्यूशन पढ़न चने दी दाल पंजे भी बहुत अच्छे पकदे नाल चिट्टे चौल यार कुश्ते विच गोश्त पा लो तुसी पंजे दा ठेका तो नहीं लै लिया किसे अच्छा असीं पंजे पंजे करी जा रहे हैं और तीके ने पंजे नहीं गए या चौके ने कोई चौका है लेकिन उंगल ते देखो नहीं अच्छा विच दो दिन पंजे इंजन कर यार किन्ने क ताकतवर हुण गया जी वी उहनूं जान ए वाहद पंजे ने जिहड़े पंज तिकर नहीं गिण सके मैं सची मुची दस दिया अपने भैन भरा भी सची मुची सर्दियों च नहीं लभदे गए सर्दियों बंदा नहीं लभदा कितना लभने क्योंकि इन्ने खाधे जांदे ने पता नहीं कौन खाते यार बड़े मजे से पकते ने अज तुसी अज वेखना नहीं अज असि क्यों पागल अज असि अज वेख लेने जी खाने ते हाथी भी पा सकते जो तुम पता है मक्खी इतिहास ना बह रही बह के सू ग कर रही है नहीं है अच्छे लग रहे ने मेनू लेडीज लग रहे लव यू लिखे अच्छा बिचो एक अद्धा जेंट्स भी इंज नहीं कर रहे नहीं फिर ना पकाइए आज नहीं सर मैं बड़ी स्पेशल मंगाए हो बड़ी दूरों इन पंजे नाल परात पका लो बड़ी मेहरबानी यार ज़फ़री साहब देखो पंजे रहन दियो ਤੁਹਾਡੇ ਇੱਥੇ ਨਾ ਪਿਆਸ ਬੜਾ ਮਸ਼ਹੂਰ ਹੈ ਜੀ ਤੁਸੀਂ ਮਸ਼ਹੂਰ ਪਿਆਸ ਹਾਂ ਸਾਨੂੰ ਦੋ ਦੋ ਕਿਲੋ ਪਿਆਸ ਲੈ ਦਿਓ ਐ ਫਿਰ ਗੱਡੀ ਚ ਰੱਖ ਦਿਆ ਮੈਂ ਨਹੀਂ ਕਿਉਂ ਰੱਖਣੇ ਅਸੀਂ ਕੂੜੇ ਆ ਕਮਾਲ ਦੀ ਗੱਲ ਹੈ अच्छा मेरा अच्छा तुसी ना मेरे एवं दिलों लाते हैं हालांकि मैं स्पेशल आज मेरे लो अंटीक चीज मैं ताड़ ली मंगाई सी नहीं तुसी ये अंटीक ना सर ना ये उठा ना तुसी भी नहीं खाते कभी मैं अच्छा लेकिन नाजिर मैं खा लेना मैं खाधे नहीं तुहाडी मजबूरी होनी कोई छोटे गोश पंजे पा लिए क्यों पंजे को सुखे है तुसी दम की तेरे पंजे यार नहीं सर नहीं फोन किया मैं की पका तेरा फोन मिलिया नहीं तो कहते जी पंजे बड़े शौक ना हानी खाता ਹੁਣ ਮੈਨੂੰ ਨੀ ਪਤਾ ਭਾਬੀ ਕੋ ਖਾਂਦਾ ਮੈਂ ਸੱਚ ਮੁੱਚ ਮੰਗਾ ਲਿਆ ਕਿਹੜੇ ਪੰਜੇ ਦੀ ਗੱਲ ਕੀ ਮਜ਼ੇ ਦੀ ਗੱਲ ਸਾਨੂੰ ਇੱਥੇ ਇੰਟਰ ਕਰਕੇ ਨਾ ਤੇ ਪੰਜੇ ਵੇਖ ਕੇ ਅਸੀਂ ਗੱਡੀ ਲੈ ਕੇ ਚਲਾ ਗਏ ਔਰ ਬਾਹਰ ਕਿਤੇ ਹੱਸਦੇ ਐ ਉਹਨਾਂ ਕੁਕੜੀਆਂ ਕੋ ਖੜੋ ਕੇ ਜਿੰਨਾਂ ਦੇ ਐ ਨੇ ਅੱਛਾ ਜੀ ਇਹ ਦੇਸੀ ਪੰਜੇ ਨੇ ਨਹੀਂ ਬਲੈਤੀ ਨੇ ਅੱਛਾ ਤੁਹਾਨੂੰ ਆਪ ਹੀ ਨਹੀਂ ਪਤਾ ਮੈਨੂੰ ਨਹੀਂ ਬਲੈਤੀ ਨੇ ਇਹ ਤੁਹਾਨੂੰ ਕੋ ਦੇ ਹੀ ਐ ਨਹੀਂ ਨਹੀਂ ਬਲੈਤੀ ਨੇ ਦੇਸੀ ਹੁੰਦੇ ਤੇ ਛਾਪਰ ਚ ਹੋਣੇ ਤਾਂ अंदर अच्छा वाकई मेरे डिजाइन च नहीं सी मैनूं लगा बड़े शौक ना खाओगे नहीं सर नहीं नहीं असीं
ਅਸੀਂ ਇਹ ਵਿਕਦੇ ਨਹੀਂ ਵੇਖੇ ਤੁਸੀਂ ਕਹਿੰਦੇ ਕਹੋਗੇ। ਅੱਛਾ ਗੁਲਫਾਮ ਸਾਹਿਬ ਤੁਸੀਂ ਤਾਂ ਐਵੇਂ ਫਜ਼ੂਲ ਚ ਗੱਲਾਂ ਕਰ ਰਹੇ ਹੋ, ਇਹ ਨਾ ਨਜ਼ਲਾ ਜ਼ੁਕਾਮ ਖਾਂਸੀ ਕੋਈ ਹਕਮਤ ਦਾ ਕੰਮ ਨਹੀਂ, ਛਾਤੀ ਤੇ ਰੇਸ਼ਾ ਹੋਵੇ ਨਾ। ਦਾਵਤ ਤੇ ਆਏ ਆ ਡਾਕਟਰ ਕੋ, ਮੈਨੂੰ ਇਹ ਦੱਸੋ ਇਹਦੀ ਯਖਨੀ ਪੀਓ ਨਾ, ਯਕੀਨ ਕਰੋ ਕਿ ਤੁਹਾਡੇ ਸਾਰਾ ਤੁਹਾਡੇ ਤੁਸੀਂ ਸਟੇਜ ਕਰਦੇ ਹੋ, ਟੀਵੀ ਕਰਦੇ ਹੋ ਤੇ ਨਹੀਂ ਕਰਦੇ ਅਸੀਂ ਜੋ ਤੁਸੀਂ ਕੀਤਾ ਇਸੇ ਕੋਲ ਮੈਂ ਸਟੇਜ ਛੱਡਿਆ। ਗੋਰੇ ਲੱਭਦੇ ਨੇ ਇਹਨਾਂ ਨੂੰ, ਦੁਆ ਤੋਂ ਵੀ ਤੇ ਬਚੇ ਇਹਨਾਂ ਨੂੰ, ਕੋਈ ਦੁਆ ਵੀ ਤੇ ਨਹੀਂ ਨਾ ਦੇ ਰਿਹਾ। ਲਿਓ ਜੀ ਆ ਗਿਆ ਜੀ, ਦੇਖੋ ਜੀ ਚੁਆਵਾਂ ਦੁੱਧ, ਇੱਕ ਇੱਕ ਗਲਾਸ ਦੁੱਧ ਪਿਆਉਣ। ਅੱਛਾ ਕੱਚਾ ਗਰਮ ਲੈ, ਜੱਗ ਚ ਪਾ ਕੇ ਲਿਆ, ਖੋਲੋ ਜਰ ਰੱਖੋ। ਇਹੋ ਜਿਹਾ ਬੰਦਾ ਕਹਿੰਦਾ ਹੁੰਦਾ ਕਿ ਦਿੱਲੀ ਦਾ ਮੰਗਾਇਆ ਤੁਹਾਡੇ ਲਈ। ਹਾਂਜੀ ਸਰ, ਆਸ਼ੀਰਵਾਦ ਮਾਸ਼ਾਅੱਲਾ। ਇਹਦਾ ਜੱਗ ਚ ਪਾ ਕੇ ਲਿਆ ਉਧਰ। ਲੋ ਜੀ ਮੈਂ ਤੇਰਾ ਆਲੂ ਉਬਾਲ ਰਿਹਾ ਸੀ ਤੁਹਾਡੇ ਲਈ। ਹਾਂ ਸਾਬ, ਕੱਲ ਤੋਂ ਆਲੂ ਉਬਾਲਣ ਦੇ, ਅਸੀਂ ਕੋਈ ਦਾਣਾ ਕਢਾਈਏ ਖੁਦਾ ਦਾ ਵਾਸਤਾ। ਇੱਕ ਪਾਸੇ ਯਾਨੀ ਕਿ ਤੁਸੀਂ ਬੇਜੋ ਡਿਸ਼ਾਂ ਬਣਾਈਆਂ ਨੇ ਉਧਰ ਆਲੂ। ਮੈਂ ਤੁਹਾਨੂੰ ਦੱਸ ਰਿਹਾ ਇਹਦੀ ਖਾਸੀਅਤ ਕੀ ਹੈ, ਇਹਦੀ ਕੀ ਆਲੂ ਲੇਟ ਗਲਦਾ ਹੈ, ਇਹ ਫੌਰੀ ਗਲ ਜਾਂਦੀ ਹੈ, ਇਸ ਲਈ ਮੈਂ ਲਹਿਦਾ ਰੱਖੀ ਆਲੂ, ਮੈਂ ਪਹਿਲੇ ਉਬਾਲ ਲਏ ਆਲੂ। ਅਸੀਂ ਕੱਚੇ ਖਾਈਏ ਇਹ ਚੋਕ ਲਾ ਆਲੂ, ਅਲੱਗ ਹਰ ਸਬਜ਼ੀ ਚ ਪੈ ਜਾਂਦਾ, ਇਹਦੇ ਚ ਫਿਰ ਵੀ ਨਹੀਂ ਪੈਂਦਾ। ਆਲੂ ਤੁਸੀਂ ਪ੍ਰੈਸ਼ਰ ਕੁੱਕਰ ਚ ਬਣਾਉਣ ਡਏ ਹੋ, ਪੱਥਰ ਦੇ ਆਲੂ ਨੇ। ਅਨੀ ਸਾਹਿਬ ਇੱਧਰ ਆਓ, ਮੈਂ ਅੱਲਾ ਸ਼ੁਕਰ ਨਾ ਬੁਲਾਵੇ, ਆਲੂਆਂ ਦੀ ਏਡੀ ਅੱਛੀ ਖੁਸ਼ਬੂ ਹੁੰਦੀ ਹੈ। ਮਟਨ ਮੈਂ ਬਣਾ ਰਿਹਾ ਤੁਹਾਡੇ ਲਈ, ਬੜਾ ਮਜ਼ੇਦਾਰ ਹੈ ਦੇਖੋ। ਇਹ ਤੁਸੀਂ ਆਰਡਰ ਤੇ ਬਣਾ ਰਹੇ ਹੋ, ਬਹੁਤ ਅੱਛੇ ਹੈ। ਪੰਜ ਵਹਾ ਕੇ ਨਾ ਸਮਝ ਅੱਜ ਦੀ ਭੁੱਖ ਘਟਾਈ ਦੇ। ਕੜਾਈ ਲੈ ਕੇ ਆਓ, ਕੜਾਈ ਲੈ ਕੇ ਆਓ। ਇੰਨਾ ਸੋਹਣਾ ਬਣ ਰਿਹਾ, ਕੀ ਵੇਖੋ ਕਲਰ ਵੇਖੋ। ਇਹ ਸਾਡੇ ਹਸਤੇ ਨੇ ਸਹੀ ਵੰਡਣਾ ਨਾ, ਸਾਡੀ ਕੁੜੀ ਰਿਕਾਰਡਿੰਗ ਤੇ ਲੈ ਕੇ। ਇਹ ਮੇਰਾ ਖਰ ਆਪਣੀ ਰਿਕਾਰਡਿੰਗ ਵਾਸਤੇ ਬਣਾਉਣ ਦਾ। ਅੱਛਾ ਜੀ, ਆਪਣਾ ਹਨੀ ਸਾਹਿਬ ਫਿਰ ਅੱਜ ਕੱਲ੍ਹ ਕੀ ਚੱਲ ਰਿਹਾ? ਸ਼ੋਅ ਸ਼ੁਰੂ ਹੋਇਆ ਹੈ ਆਪਣਾ ਦੁਨੀਆ ਟੀਵੀ ਤੇ ਮੁਜ਼ਾਕਰਾਤ ਸੀਜ਼ਨ 2 ਮੁਜ਼ਾਕਰਾਤ। ਮਾਸ਼ਾਅੱਲਾ ਬੜਾ ਅੱਛਾ ਸ਼ੋਅ ਜਾ ਰਿਹਾ ਔਰ ਇੱਕ ਨਵਾਂ ਐਕਸਪੈਰੀਮੈਂਟ। ਲੋ ਜੀ ਇਹਨੂੰ ਹੁਣ ਅਸੀਂ ਭੁੰਨਾਂਗੇ, ਹਲੇ ਵੀ ਨਹੀਂ ਤੇਰੀ ਜਾਨ ਕੱਢਣੀ ਜਰਾ। ਫਿਰ ਅਸੀਂ ਕੀ ਖਾਣਾ ਅਸੀਂ ਪੰਜੇ। ਹਾਂਜੀ ਅੱਛਾ ਜੀ, ਆਪਣਾ ਗੱਲ ਚੱਲ ਰਹੀ ਸਾਡੀ ਤੇ ਗੁਰਫਾਮ ਸਾਹਿਬ ਤੁਸੀਂ ਅੱਜ ਕੱਲ ਕੀ ਮਸਰੂਫੀ ਆ ਤੁਹਾਡੀ? ਥੀਏਟਰ ਉਹ ਤੇ ਤੁਹਾਡੇ ਸਾਹਮਣੇ ਹੀ ਹੈ ਤੇ ਬਾਕੀ ਯੂਟਿਊਬ ਪਿੰਡੂ ਨਿਊਜ਼ ਨਹੀਂ ਚੱਲ ਸਕਦੀ ਇਸ ਤਰ੍ਹਾਂ ਕਰਨਾ ਐਕਟਰਾਂ ਦੇ ਪਰਚੇ ਦੇ ਦੇਣਾ ਜਾਂ ਫਲਾਣਾ ਦੇ ਦੇਣਾ ਮਤਲਬ ਮੈਂ ਕੱਲ ਉਸ ਦਿਨ ਵੀ ਜਿਹੜੇ ਲੋਕ ਵਾਇਲੇਸ਼ਨ ਕਰ ਰਹ੿ ਨੇ। ਹਾਂਜੀ ਹਾਂਜੀ ਹਾਂਜੀ, ਜਿਹੜੇ ਲੋਕ ਕਰ ਰਹੇ ਨੇ ਬਿਲਕੁਲ ਠੀਕ, ਉਹਨਾਂ ਨੂੰ ਵਾਰਨਿੰਗ ਦੇਣ, ਉਹਨਾਂ ਨੂੰ ਸਮਝਾ ਸਾਰਾ ਥੀਏਟਰ ਨਾ ਬੰਦ ਕਰਨ। ਪਿੱਛੇ ਬੜੀ ਪ੍ਰੈਸ ਕਾਨਫਰੰਸ ਹੋਈਆਂ, ਬੜਾ ਕੁਝ ਹੋਇਆ, ਉਹ ਸੀਨੀਅਰ ਆਰਟਿਸਟ ਮੈਂ ਦੇਖੇ। ਕੋਈ ਵੀ ਨਹੀਂ, ਅਸਲ ਚ ਇਹੀ ਪ੍ਰੋਬਲਮ ਹੈ ਨਾ ਕਿ ਜਿਹੜੇ ਅਸਲ ਲੋਕ ਹੈ ਨੇ ਉਹ ਉਹਨਾਂ ਨੂੰ ਲਿਆਂਦੇ ਨੇ, ਠੀਕ ਹੈ ਜੀ, ਜਿਹਨਾਂ ਦੇ ਨਾਂ ਦੇ ਉੱਤੇ ਟਿਕਟ ਵਿਕਦਾ ਹੈ, ਜਿਹਨਾਂ ਨੂੰ ਲੋਕ ਪਿਆਰ ਕਰਦੇ ਨੇ, ਇਹ ਸਾਰਾ ਇਕੱਠ ਜਿਹਨਾਂ ਦੇ ਤੱਕ ਨਹੀਂ ਨਾ ਹੋਏਗਾ। ਬਿਲਕੁਲ ਥੀਏਟਰ ਦੀ ਅਸਲੀ ਹਾਲਤ ਹੋ ਹੀ ਨਹੀਂ ਸਕਦੀ। ਨਹੀਂ ਮੈਂ ਉਹੀ ਕਹਿ ਰਿਹਾ ਕਿ ਵੀ ਕਿਸੇ ਸੀਨੀਅਰ ਆਰਟਿਸਟ ਤੇ ਮੈਂ ਵੇਖਿਆ ਨਹੀਂ ਪ੍ਰੈਸ ਕਾਨਫਰੰਸ ਕਰਦੇ ਆ ਜਾਂ ਕੁਝ ਕਰਦੇ ਆ, ਤੇ ਜੂਨੀਅਰ ਆਰਟਿਸਟ ਹੀ ਕਰ ਰਹੇ ਨੇ ਸਾਰੇ। ਉਹ ਜੂਨੀਅਰ ਆਰਟਿਸਟ ਉਹੀ ਕਰ ਰਹੇ ਨਾ ਜਿਹੜੇ ਇਹਦੇ ਚ ਥੋੜੇ ਜਿਹੇ ਨਾਲ ਹਿੱਸੇਦਾਰ ਵੀ, ਕਿਉਂਕਿ ਵੀਡੀਓਜ਼ ਜਿਹੜੇ ਚੱਲ ਰਹੇ ਨੇ ਆ ਚੱਲੇ ਨੇ ਉਹ ਤੇ ਲੁਕੇ ਛੁਪੇ ਹੈ ਹੀ ਨਹੀਂ ਕਿਸੇ ਕੋਲ। ਲੇਕਿਨ ਇਹ ਦੇਖੋ ਖਾਸ ਸਾਹਿਬ, ਗੱਲ ਤਾਂ ਲੱਗੀ, ਆਪਣੀ ਗਲਤੀ ਮੰਨ ਲੈਣਾ ਬੜੀ ਵੱਡੀ ਗੱਲ ਜੀ। ਇਹ ਹਮਾਕਤ ਹੋਈ ਹੈ, ਪਾਣੀ ਲੈ ਕੇ ਆਓ ਰੱਖੀਏ ਚੌਲਾਂ। ਫਿਰ ਉਹਦਾ ਨੈਕਸਟ ਜਿਹੜੇ
मीटर मालकान ने या प्रोड्यूसर ने उन्होंने चाहिए कि उस चीज का पैरा बिल्कुल बहुत 8-10 साल पहले ड्रामे हो रहे ने सर बड़े अच्छे हो रहे ने बड़ा कोई प्रॉब्लम ही नहीं आ रहा की सी कि नजर सी नजर जिस टाइम नजर हटी है जी रिस्पांस नहीं मैंने लगता है कि जदों दा यानी कि आर्ट काउंसिल जदों दी निकली है ना विचो उस तो बाद नजर सी ना सर होम डिपार्टमेंट को चले गया या होर बाकी इदारे को चले गया जो सेंसर देखने आते हैं ਵਲਗੈਰਿਟੀ ਹੋ ਰਹੀ ਹੈ ਉਸ ਤੋਂ ਬਾਅਦ ਆਰਟਸ ਕਾਉਂਸਲ ਜਦੋਂ ਵਿੱਚ ਪੈਂਦੀ ਹੈ ਜਿਹੜਾ ਆਰਟਿਸਟ ਦੇਖੋ ਜੀ ਅਗਰ ਮੈਂ ਕੋਈ ਗਲਤੀ ਕਰਨਾ ਤੇ ਉਹ ਤਾਂ ਜ਼ਿੰਮੇਵਾਰ ਮੈਂ ਬਿਲਕੁਲ ਜੀ ਜ਼ਿੰਮੇਵਾਰ ਨਾ ਤੁਸੀਂ ਉਹਨੂੰ ਨਾ ਗੁਲਫਾਮ ਸਾਹਿਬ ਜੀ ਬਿਲਕੁਲ ਜੋ ਕਰਦਾ ਮੈਂ ਆਪਣੇ ਆਪ ਨੂੰ ਦੋਸ਼ ਕਰਨਾ ਬਿਲਕੁਲ ਠੀਕ ਤੇ ਉਹ ਅਗਰ ਇਸੇ ਚੱਕਰ ਦੇ ਵਿੱਚ ਤੁਹਾਡੇ ਉੱਤੇ ਵੀ ਉਹ ਸਾਰੀਆਂ ਐਲੀਗੇਸ਼ਨ ਆ ਜਾਣ ਮੇਰੀ ਵਜ੍ਹਾ ਤੋਂ ਤੇ ਇਹ ਵਿਅਕਤੀ ਹੈ ਬਿਲਕੁਲ ਠੀਕ ਤੁਹਾਡਾ ਰੋਜ਼ਗਾਰ ਵੀ ਬੰਦ ਹੋ ਜਾਏ ਐਲੀਗੇਸ਼ਨ ਤੇ ਡਿਫਰੈਂਟ ਹੈ ਤੁਹਾਡਾ ਯਾਨੀ ਕੰਮ ਵੀ ਬੰਦ ਹੋ ਜਾਏ ਹਾਲਾਂਕਿ ਤੁਸੀਂ ਸਹੀ ਕੰਮ ਕਰ ਰਹੇ ਹੋ ਤੁਸੀਂ ਆਪਣੇ ਬੱਚਿਆਂ ਲਈ ਪ੍ਰੋਵਾਈਡ ਕਰ ਰਹੇ ਹੋ ਆਪਣੇ ਆਪ ਬੰਦ ਨਹੀਂ ਹੋਣਾ ਚਾਹੀਦਾ ਲੇਕਿਨ ਇਹਦੇ SOPs ਬਣਨੇ ਚਾਹੀਦੇ ਨੇ ਔਰ ਉਹਦੇ ਤੇ ਅਮਲ ਦਾ ਅਮਲ ਜੀ ਸਰ ਨਹੀਂ ਡਾਂਸ ਦੇ ਬਾਰੇ ਤੁਸੀਂ ਕੀ ਕਹਿੰਦੇ ਮੈਂ ਸੁਣਿਆ ਕਨਫਰਮ ਨਹੀਂ ਹੈ ਮੈਨੂੰ ਪਤਾ ਲੱਗਾ ਕਿ ਡਾਂਸ ਫਿਲਹਾਲ ਨਹੀਂ ਖੁੱਲਿਆ ਥੀਏਟਰ ਖੁੱਲ ਗਏ ਨੇ ਡਾਂਸ ਨਹੀਂ ਖੁੱਲਿਆ ਮੇਰਾ ਖਿਆਲ ਹੈ ਕਿਉਂਕਿ ਮੇਰਾ ਵੀ ਥੀਏਟਰ ਦੇ ਨਾਲ ਮਹਿਫਲ ਕੋਈ 12-15 ਸਾਲ ਹੋ ਗਏ ਨੇ ਰਾਸਤਾ ਨਹੀਂ ਥੀਏਟਰ ਤੁਸੀਂ ਦੇ ਕਰਨ ਨਾਲ ਮੁਲਾਕਾਤ ਹੋ ਜਾਂਦੀ ਹੈ ਗੁਰਦਵਾਰ ਸਾਹਿਬ ਨਾਲ ਜਾਂਦੀ ਥੀਏਟਰ ਵੈਸੇ ਲਾਉਂਚ ਤੇ ਮੈਂ ਵੀ 3-3.5 ਸਾਲ ਹੋ ਗਏ ਲਾਉਂਚ ਦਾ ਮੈਂ ਨਹੀਂ ਦੇ ਰਹੀ ਆਊਟਡੋਰ ਹੀ ਕਰ ਰਹੇ ਹਾਂ ਅਸੀਂ ਆਊਟਡੋਰ ਹੀ ਕਰ ਰਹੇ ਹਾਂ ਅੱਜ ਤੋਂ ਫਾਰਮ ਵੀ ਮੈਂ ਨਹੀਂ ਅਸੀਂ ਆਊਟਡੋਰ ਹੀ ਜ਼ਿਆਦਾ ਕਰ ਰਹੇ ਹਾਂ ਅਸਲ 'ਚ ਵਜ੍ਹਾ ਇਹ ਹੈ ਕਿ ਅਸੀਂ ਗਏ ਹਾਂ ਪਿੱਛੋਂ ਦੇਖੋ ਕੀ ਹਾਲ ਹੋ ਗਿਆ ਲਾਹੌਰ ਦਾ ਲੇਕਿਨ ਉਹ ਸਾਰੇ ਇਹ ਵੇ ਨਾ ਕਿ ਦੇਖੋ ਤੁਸੀਂ ਉਹ ਨਾਮੀਨੇਟ ਫਨਕਾਰ ਅਗਰ ਤੁਸੀਂ ਲਾਹੌਰ 'ਚ ਹੋਵੋਗੇ ਨਾ ਸਰ ਤੇ ਅਗਰ ਮਿਸਾਲ ਤੌਰ ਤੇ ਪਹਿਲੀ ਗੱਲ ਤੇ ਵੀ ਗਾਣਾ ਜਿਹੜਾ ਨਾ ਉਹ ਬਾਅਦ ਵਿੱਚ ਪਹਿਲੇ ਅਗਰ ਡਰਾਮੇ ਦੇ ਵਿੱਚ ਕਾਮੇਡੀ ਹੈ ਫੇਮਸ ਲੋਕ ਨੇ ਜਿਹੜੇ ਨਾਮੀਨੇਟ ਲੋਕ ਨੇ ਜਿਨ੍ਹਾਂ ਦੇ ਸਟੈਂਪ ਲੱਗੀ ਹੈ ਤੇ ਯਾਰ ਇਹ ਲੋਕ ਨੂੰ ਹਸਾਉਂਦੇ ਨੇ ਅਗਰ ਉਹ ਲਾਹੌਰ ਦੇ ਥੀਏਟਰਾਂ 'ਚ ਹੋਣਗੇ ਤੇ ਮੈਂ ਤਾਂ ਇਹ ਸਮਝਣਾ ਕਿ ਆਵਾਮ ਆਏਗੀ ਗਾਣੇ ਇੱਕ ਬਾਅਦ ਦੇ ਇਸ਼ੂ ਹੈ ਉਹਦੇ ਤੇ ਬਾਅਦ ਗੱਲ ਹੋ ਸਕਦੀ ਲੇਕਿਨ ਜੇ ਅਗਰ ਤੁਸੀਂ ਕਹਿੰਦੇ ਹੋ ਕਿ ਯਾਰ ਗਾਣਾ ਕਾਫੀ ਦੇਰ ਤੋਂ ਹੋ ਰਿਹਾ ਸਾਡੇ ਵਿਊਵਰਸ ਨੂੰ ਵੀ ਕਹਿੰਦੇ ਨੇ ਕਿ ਯਾਰ ਇੱਕ ਆਰਟ ਹੀ ਗਿਆ ਇੱਕ ਪਰਫਾਰਮੈਂਸ ਹੈਗੀ ਹੈ ਅਗਰ ਉਹ ਆਰਟ ਔਰ ਪਰਫਾਰਮੈਂਸ ਤਰੀਕੇ ਨਾਲ ਕੀਤਾ ਜਾਵੇ ਤੇ ਹੋਣਾ ਵੀ ਚਾਹੀਦਾ ਹੈ ਤੁਹਾਨੂੰ ਯਾਦ ਹੈ ਅਲਹਮਰਾ ਦੌਰ ਤੇ ਮੇਜ਼ਰ ਰਸ਼ੀਦ ਅਫਤਰ ਸਾਹਿਬ ਮੈਡਮ ਨੇ ਇਰਫਾਨਮ ਹਾਂਜੀ ਹਾਂਜੀ ਜਦੋਂ ਅਸੀਂ ਆਪਣੇ ਡਰਾਮੇ ਦਾ ਆਗਾਜ਼ ਅਸੀਂ ਕੀਤਾ ਜੋ ਸਟਾਰਟ ਸਟਰਗਲ ਜਦੋਂ ਕਰ ਰਹੇ ਸਾਂ ਅਸੀਂ ਤੇ ਉਦੋਂ ਕਿਹੋ ਜਿਹਾ ਡਰਾਮਾ ਹੁੰਦਾ ਸੀ ਬਹੁਤ ਅੱਛਾ ਹੁੰਦਾ ਸੀ ਕਿ ਜਿਹਦੇ ਚ ਗਾਣਿਆਂ ਦਾ ਕੁਝ ਖਬਰ ਨਹੀਂ ਸੀ ਹੁੰਦਾ ਸਾਡਾ ਸਟਾਰਟ ਸੀ ਅਸੀਂ ਆਏ ਸੋ ਜੀ ਅਸੀਂ ਆਪਣੀ ਫੈਮਿਲੀ ਨਾਲ ਜੀ ਉਹ ਜਿਹੜੀਆਂ VCR ਤੇ ਫਿਲਮਾਂ ਵੇਖਦੇ ਸਾਂ ਨਾ ਜੀ ਡਰਾਮੇ ਯਾਨੀ ਪਹਿਲੇ 5 ਫਿਲਮਾਂ ਆਉਂਦੀਆਂ ਸਨ ਇੱਕ ਡਰਾਮਾ ਹੋ ਗਿਆ ਜੀ ਤੇ ਫਿਰ ਅੱਲਾ ਦੀ ਕਸਮ ਹੈ 4 ਡਰਾਮੇ ਤੇ ਇੱਕ ਫਿਲਮ ਹੋ ਗਈ ਸੀ ਯਾਨੀ ਕਿ ਅਸੀਂ ਉਹਨਾਂ ਨੂੰ ਇੰਨਾ ਯਾਨੀ ਸਾਨੂੰ ਪਸੰਦ ਆਉਣ ਲੱਗ ਪਿਆ ਸਾਡੇ ਭੈਣਾਂ ਭਰਾਵਾਂ ਸਾਡੇ ਅਸੀਂ ਉੱਥੋਂ ਸਿੱਖਿਆ ਅਮਾਨ ਸਾਹਿਬ ਕਿਸ ਤਰ੍ਹਾਂ ਕੰਮ ਕਰ ਰਹੇ ਨੇ ਸੁਹੇਲ ਸਾਹਿਬ ਕਿਸ ਤਰ੍ਹਾਂ ਕਰ ਰਹੇ ਨੇ ਜਵਾਦ ਵਸੀਮ ਸਾਹਿਬ ਕਿਸ ਤਰ੍ਹਾਂ ਪਰਫਾਰਮੈਂਸ ਉਹ ਜਦੋਂ ਅੱਗੇ ਆਏ ਕੋਈ ਐਵੇਂ 2-4 ਸਾਲ ਹੀ ਮਿਲੇ ਜੀ ਕੰਮ ਕਰਨ ਨੂੰ ਉਸ ਤੋਂ ਬਾਅਦ ਸਾਰੇ ਜਿਹੜੇ ਸਾਡੇ ਵੱਡੇ ਸਨ ਉਹ ਬਿਲਕੁਲ ਹੀ ਸਾਨੂੰ ਪਤਾ ਹੀ ਵੀ ਨਹੀਂ ਲੱਗਾ ਕਿ ਕਿੱਧਰ ਚਲੇ ਗਏ ਨੇ ਸਾਨੂੰ ਇਹ ਪਹਿਲੇ ਕਦੇ ਸਮਝ ਹੀ ਨਹੀਂ ਆਣ ਦਿੱਤੀ ਕਿ ਸੱਚੀ ਮੁੱਚੀ ਜਦੋਂ ਮਤਲਬ ਮੈਂ ਵੀ ਇੰਜ ਕਰਕੇ ਹਿੱਟ ਹੋਇਆ ਨਾ ਤੇ ਉਦੋਂ ਮੈਂ ਚੰਦ ਇੱਕ ਡਰਾਮੇ ਹੀ ਕੀਤੇ ਨੇ ਸੀਰੀਅਲ ਪਤਾ ਹੀ ਨਹੀਂ ਲੱਗਾ ਕਿ ਸਾਡੇ ਜਿਨ੍ਹਾਂ ਨੇ ਸਾਡੇ ਕੋਲੋਂ ਕੰਮ ਕਰਾਣਾ ਸੀ ਉਹ ਵਾਲਾ ਜਿਹੜਾ ਅਸੀਂ ਸਿੱਖ ਕੇ ਆਏ ਸਾਂ ਕਿ LCD ਤੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਆਰਟਿਸਟ ਬਣੇ ਆ ਉਹਨਾਂ ਨੂੰ ਦਹਾਣਾ ਸਾਨੂੰ ਜਿਹੜਾ ਨਾ ਉਹ ਨਸੀਬ ਨਹੀਂ ਹੋਇਆ ਉਹ ਹੁਣ ਨਹੀਂ ਨਸੀਬ ਨਹੀਂ ਹੋਇਆ ਹਾਂ ਅਸੀਂ ਇਹ ਬਣ ਗਏ ਅਸੀਂ ਇਹ ਕੀਤਾ ਅਗਰ ਇੱਥੇ ਭੋਨੀ ਦੇ ਵਿੱਚ ਅਗਰ 5-7 ਪੰਜੇ ਪਾ ਲਈਏ ਤੇ ਮੈਂ ਕਹਿੰਦਾ ਕਿ ਟੇਸਟ ਡਵੈਲਪ ਹੋ ਜਾਏਗਾ ਤੁਹਾਡਾ ਅਸੀਂ ਤੁਹਾਨੂੰ ਦੁੱਕੇ ਪਾਉਣ ਦੀ ਇਜਾਜ਼ਤ ਨਹੀਂ ਦਿੰਦੇ ਤੁਸੀਂ ਬੰਦੇ ਕਹਿ ਰਹੇ ਹੋ ਐ ਕੀ ਮਾਹੌਲ ਬਣਿਆ ਤੇ ਕੀ ਬੋਟੀਆਂ ਨੇ ਅੱਛਾ ਗੱਲ ਸੁਣੋ ਜਿੱਥੇ ਕੀ ਸ਼ੋਰਬਾ ਹਲਕਾ ਲਗਾ ਤੁਸੀਂ ਨਾਲ ਮਸਾਲੇ ਇੱਥੇ ਗਾਣੇ ਬੈਨ ਹੋਏ ਨੇ ਤੇ ਪੰਜੇ ਬੈਠ ਗਏ ਛੁਰੀ ਇੱਕ ਹੀ ਹੈ ਵਰਨਾ ਚਲੋ ਮੈਂ ਵੀ ਬਣਾ ਲੈਂਦਾ ਦੇ ਦੇ ਲੜਾਈ ਕਰ ਦਿਓ ਮੈਂ ਕਿਹਾ ਨਾਲ ਜਰਾ ਕਾਲੀ ਹੋ ਜਾਏਗੀ ਅੱਛਾ ਜੀ ਤੁਸੀਂ ਬੱਕਰੀਆਂ ਬੁੱਕਰੀਆਂ ਵੀ ਰੱਖੀਆਂ ਨੇ ਰਫੀ ਸਾਹਿਬ ਹਾਂਜੀ ਉਹਨਾਂ ਕੋਲ ਵੀ ਆਲੂ ਚਲਾਉਂਦੇ ਹੋ ਬੱਕਰੀਆਂ ਹੈ ਨੇ ਆਪਣੇ ਕੋਲ ਅੱਛਾ ਜੀ ਕੀ ਬਾਤ ਹੈ ਓਲੀ ਸਰ ਇਹ ਪਤਾ ਗੱਲ ਕੀ ਹਿੰਮਤ ਕਰ ਲੈਣਾ ਹੋਰ ਗੱਲ ਹੂੰ ਛਿਲਕੇ ਮਾਉਣੇ ਹੋਰ ਗੱਲ ਲੈ ਜੀ ਇਹ ਕੰਮ ਕਰਕੇ ਸਾਨੂੰ ਬੁੱਢੀਆਂ ਦੀ ਕਿੰਨੀ ਕਦਰ ਹੁੰਦੀ ਹੈ ਅਗਰ ਉਹ ਸਾਨੂੰ ਵੇਖ ਲੈਣ ਇਸ ਤਰ੍ਹਾਂ ਤੇ ਮੁੱਛਾਂ ਰੱਖ ਲੈਣ ਉਹ ਸਾਨੂੰ ਵੇਖ ਲੈਣ ਤੇ ਅਸੀਂ ਉੱਥੇ ਵੀ ਇਹੀ ਕਰੀਏ ਯਾਰ ਖਾਸਾ ਹਾਂਜੀ
ਇਹ ਕੁੱਤਾ ਉਹਨੂੰ ਮੈਂ ਕਿਹਾ ਭੁੱਖ ਲੱਗੀ ਪੰਜੇ ਉਹਨੂੰ ਨਾ ਪਾ ਦਿਓ ਤੁਸੀਂ ਸਹੀ ਨਹੀਂ ਸੁਣ ਰਹੇ ਹੋ ਇਹੀ ਤਾਂ ਕਹਿ ਰਿਹਾ ਕਿ ਮੈਂ ਪੰਜੇ ਨਹੀਂ ਜੇ ਗਾਣੇ ਤੇ ਫਿਰ ਤੁਸੀਂ ਕੀ ਖਾਓਗੇ ਅਸੀਂ ਕੁੱਤਾ ਖਾ ਲਾਂਗੇ ਲੋ ਜੀ ਇਹ ਸਾਡਾ ਗੋਸ਼ਤ ਰੈਡੀ ਹੋ ਰਿਹਾ ਬਸ ਆਲੂ ਆ ਜਾਣ ਤੇ ਆਲੂ ਅਸੀਂ ਜ਼ਰਾ ਭੁੰਨ ਕੇ ਤੇ ਪਾਣੀ ਲਾ ਦਿੰਦੇ ਹਾਂ ਸਿਨਰ ਹੋ ਗਈ ਹੋ ਗਿਆ अच्छा जी आलू मिठे नहीं लग रहे मेरे ख्याल नहीं आलू मिठा नहीं गा माल वैसे थोड़ी खंड पा लेंगे अच्छा कुछ सब्जियां सब्जियां भी तुझे उगाई हैं सब्जियां में तुझे आए बड़ा लेट हो तो ये सारे आलू हो गए रह गई पानी ऐसी और मार लिए इधर आलू मेरे भैणा भरा जिहड़े वेखदे ने ओह कहिंदे ने भई इन्नियां सब्जियां धोंदा है ਫਾਦਰ ਤੁਸੀਂ ਕੋਈ ਚੜ੍ਹਦੇ ਪੰਜਾਬ ਦੀ ਕੋਈ ਫਿਲਮ ਸ਼ਰਮ ਨਹੀਂ ਸਰ ਉਹ ਪੰਜਾਬੀ ਚ ਬਣਦੀ ਹੈ ਮੈਂ ਫਾਰਸੀ ਬੋਲਣਾ ਜੀ ਪਤਾ ਨਹੀਂ ਜੀ ਹਲੇ ਤੀਕਰ ਤੇ ਇੱਕ ਦੋ ਵਾਰੀ ਜ਼ਿਕਰ ਵੀ ਹੋਇਆ ਪਤਾ ਨਹੀਂ ਕੀ ਕੋਸ਼ੀ ਤੂੰ ਹੈ ਨਾ ਗੁਜਰਾਲੇ ਦਾ ਉਹ ਕਿਤੇ ਗੁਲਫਾਮ ਵੀ ਡਰਾਮਾ ਕਰਨ ਗਿਆ ਤੇ ਨਾਲ ਉਹ ਗਿਆ ਉਹ ਇਮਰਾਨ ਸ਼ੌਕੀ ਇੱਕ ਬੂਹੇ ਚ ਖਲੋਤਾ ਤੇ ਇੱਕ ਬੂਹੇ ਸ਼ੌਕ ਖਲੋਤਾ ਤੇ ਇਧਰੋਂ ਕਹੀ ਜਾ ਇੱਧੇ ਇੱਧੇ ਆ ਨਾ ਉਧਰੋਂ ਕਹੀ ਜਾ ਇੱਧੇ ਇੱਧੇ ਤੇ ਕੋਸ਼ੀ ਕਹਿੰਦਾ ਮੈਂ ਵਿੱਚ ਦੋ ਇੰਜ ਕਰਕੇ ਵੇਖ ਰਿਹਾ ਮੈਂ ਕਹੋ ਚੁੱਕੋ ਆਪਣੀ ਇੱਧੇ ਉੱਧੇ ਨਿਕਲੋ ਬਾਹਰ ਉਹਦਾ ਮੂੰਹ ਨਾ ਅੱਗੋਂ ਇਹ ਇੰਜ ਹੁੰਦਾ ਜ਼ਿਆਦਾ ਲਮਕ ਜਾਂਦਾ ਔਰ ਕਮੋ ਔਰ ਇੰਜ ਪੂਰਾ ਉਹ ਪਤਾ ਨਹੀਂ ਕੀ ਲੱਗ ਰਿਹਾ ਹੁੰਦਾ ਪਹਿਲਾਂ ਹੀ ਉਹ ਇਨਸਾਨ ਨਹੀਂ ਗਾ खिलाफ कपड़े पाउंदा ओहो जे पा के फिर रहा नीला सूट ते उत्ते नीली बास्केट लो जी ए साडा हो गया रेडी ए असीं जरा पानी डब्बा ला दिए यार धनिया दे उधर हनी तू चावल शौक ना खाना धनिया बना हाँ चावल बहुत शौक ना खाना चावल मैं भी शौक ना खाना लेकिन पंजे नहीं अच्छा वैसे अगर तुसी ताहर अंजुम नू दिंदे ना अपना पंजे उन्हें ले भी शांता जबरदस्त लेकिन तेन मजा आएगा खाने का मैं मजाक नहीं कर रहा हाँ मजा आएगा ए जी हम सिर्फ साढ़े आलू गलन ते ने असी हल्की आंच कर दी आलू जिस तरह ही गलन गए साड़ी हांडी रेडी जरा चौलों का पानी रखा है आओ जरा हानी साहब से दो चार बातें करें गुलफाम साहब से हाँ जी हम पूट रहे हैं धनिया पहले पूट रहे लो जी गुलफाम साहब जी सर मैं ते जफरी साहब असि ना जी ड्रामा कर रहे तमसील ठीक है स्ट्रगल दौर ते नवा नवा असि जे काम शुरू कर रहे सा ठीक है सर ते उत्थे ना बड़ा बड़ा मजेदार जिहा ड्रामा शुरू होया बड़ी वड्डी कास्ट थी तुहानू याद ही वसीम भाई भी सन वसीम अब्बास साहब वसीम अब्बास साहब बबूराल साहब जॉन रैम्बो साहब रैम्बो साहब ठीक है अनवर अली साहब हां ते ओ ना सांडल अच्छा मेरी जफरी साहब दी ना ए अपना बड़ी गुड लक रही है
ਕਿ ਸਾਨੂੰ ਸਾਡੇ ਸੀਨੀਅਰਸ ਨੇ ਬੜਾ ਪਿਆਰ ਬੜਾ ਪਿਆਰ ਸਾਹਿਬ ਬਲਕਿ ਮੈਨੂੰ ਚੰਗੀ ਤਰ੍ਹਾਂ ਗੱਲ ਯਾਦ ਹੈ ਜਾਨ ਰੈਂਬੋ ਸਾਹਿਬ ਹਾਂ ਅਫਜ਼ਲ ਭਾਈ ਉਹ ਅਸੀਂ ਦੋਵੇਂ ਕਦੀ ਉਹ ਨੁੱਕਰ ਚ ਬੈਠੇ ਕਦੀ ਉਹ ਤੇ ਉਹ ਸਾਨੂੰ ਆ ਕਹਿੰਦੇ ਯਾਰ ਤੁਸੀਂ ਮੇਰੇ ਕੋਲ ਰਿਆ ਕਰੋ ਯਾਰ ਤੁਸੀਂ ਮੇਰੇ ਨਾਲ ਕਿਉਂ ਨਹੀਂ ਮੇਰੇ ਨਾਲ ਕਿਉਂ ਨਹੀਂ ਤੁਸੀਂ ਬਹਿੰਦੇ ਕਿ ਅਸੀਂ ਅਸੀਂ ਦੋਵਾਂ ਨੁੱਕਰ ਚ ਬਹਿ ਜਾਂਦੇ ਜਾ ਕੇ ਤੇ ਉਹ ਹਾਸੇ ਪੈਣ ਲੱਭਦੇ ਹੁੰਦੇ ਸਾਨੂੰ ਬਿਲਕੁਲ ਹਾਂਜੀ ਜਾਨ ਰੈਂਬੋ ਸਾਹਿਬ ਵੀ ਬੜੇ ਨਫੀਸ ਆਦਮੀ ਨੇ ਅਸੀਂ ਇਹ ਗੱਲ ਕਰਨ ਦਾ ਮਕਸਦ ਅਫਜ਼ਲ ਭਾਈ ਵੀ ਗ੍ਰੇਟ ਨੇ ਸਿਰਫ ਇਹ ਵੇ ਕਿ ਅਸੀਂ ਆਪਣੇ ਸੀਨੀਅਰਸ ਦੀ ਬੜੀ ਇੱਜ਼ਤ ਅਲਹਮਦੁਲਿਲਾ ਔਰ ਜੈਨੂਇਨ ਕੀਤੀ ਅਲਹਮਦੁਲਿਲਾ ਮਾਸ਼ਾਅੱਲਾ ਤੇ ਉਹ ਨਾ ਜੀ ਡਰਾਮਾ ਸ਼ੁਰੂ ਹੋਇਆ ਤੇ ਮੇਰਾ ਤੇ ਜ਼ਫਰੀ ਸਾਹਿਬ ਦਾ ਨਾ ਵਿੱਚ ਰੋਲ ਅਸੀਂ ਪੁਲਿਸ ਵਾਲਿਆਂ ਦੋਵੇਂ ਤੇ ਇਨਵੈਸਟੀਗੇਸ਼ਨ ਕਰਨ ਜਾਣਾ ਸੀ ਘਰ ਚ ਤੇ ਵਸੀਮ ਭਾਈ SHO ਨੇ ਤੇ ਹੁਣ ਵਸੀਮ ਭਾਈ ਗੈਟ ਬਹੁਤ ਘੱਟ ਕਰਦੇ ਨੇ ਜੀਨ ਦੀ ਪੈਂਟ ਉੱਤੇ ਪੁਲਿਸ ਦੀ ਸ਼ਰਟ ਤੇ ਅੱਜ ਸੋਟੀ ਤੇ ਅਸੀਂ ਦੋਵਾਂ ਨੇ ਵਰਦੀਆਂ ਪਾਈਆਂ ਸੀ ਉਹਨਾਂ ਜੀ ਵਸੀਮ ਸਾਹਿਬ ਦੀ ਇੰਟਰੀ ਹੋਈ ਹੈ ਅੰਦਰ ਗਏ ਨੇ ਤੇ ਪਿੱਛੇ ਹੋਰ ਉਹਨੇ ਆਵਾਜ਼ ਦਿੱਤੀ ਓਏ ਉਹ ਸਪਾਈ ਕਿੱਥੇ ਰਹਿ ਗਏ ਨੇ ਅਸੀਂ ਅੰਦਰ ਇੰਟਰ ਹੋਏ ਆ ਤੇ ਕੁਦਰਤੀ ਗੱਲ ਏ ਅੰਦਰ ਬਣੇ ਹੀ ਅਜੇ ਤੇ ਰੌਲਾ ਹੁਣ ਹਾਊਸ ਪੈਕ ਤਮਾਸੀ ਥੀਏਟਰ ਪੈਕ ਤੇ ਅਸੀਂ ਅੰਦਰ ਬਣੇ ਆ ਤੇ ਆਵਾਜ਼ ਆਈ ਚੱਲੋ ਬਾਹਰ ਚੱਲੋ ਹੁਣ ਅਸੀਂ ਦੋਵੇਂ ਉੱਤੇ ਪਾਣੀ ਨੂੰ ਪਾਸੇ ਅਸੀਂ ਕੀ ਕਰੀਏ ਅੱਛਾ ਉਹਦੀ ਡਰਾਮੇ ਦੀ ਰਹਿਸਲ ਅਸੀਂ ਐਸੀ ਕੀਤੀ ਕਿ ਅਸੀਂ ਕਹਿ ਤਿਆਰੀਆਂ ਫੁੱਲ ਅੱਛਾ ਅਸੀਂ ਨਾ ਬਾਹਰ ਅੱਛਾ ਉਸ ਤੋਂ ਪਹਿਲੇ ਇੱਕ ਸੀਨ ਇਹ ਹੋਇਆ ਕਿ ਹਸਨ ਮੁਰਾਦ ਸਾਹਿਬ ਮੈਂ ਤੇ ਜ਼ਫਰੀ ਸਾਹਿਬ ਅਸੀਂ ਬੈਠੇ ਥੱਲੇ ਨਾ ਤੇ ਬੜਾ ਹੀ ਹੱਸ ਰਹੇ ਸਾਂ ਕਿ ਪਹਿਲਾ ਸ਼ੋਅ ਹੈ ਕਿਉਂਕਿ ਅਸੀਂ ਰੈਸਲ ਪੱਕੀ ਕੀਤੀ ਸੀ ਅਸੀਂ ਜ਼ਰਾ ਓਵਰ ਕੰਫੀਡੈਂਸ ਵੀ ਸਾਂ ਕਿ ਕੋਈ ਗੱਲ ਹੀ ਨਹੀਂ ਅਸੀਂ ਇਹ ਉਹ ਯਾਦ ਹੈ ਸਾਨੂੰ ਹਾਂ ਲੋ ਜੀ ਅਸੀਂ ਬਾਹਰ ਨਿਕਲੇ ਜਦੋਂ ਅਸੀਂ ਇੱਕ ਦੂਜੇ ਦਾ ਮੂੰਹ ਵੇਖ ਰਹੇ ਤੇ ਉਹ ਸਾਡੇ ਨਾ ਅਸਿਸਟੈਂਟ ਡਾਇਰੈਕਟਰ ਸਨ ਕੈਸਰ ਜਵੇਦ ਸਾਹਿਬ ਉਹ ਸਾਡੇ ਦੋਸਤ ਵੀ ਨੇ ਭਾਈ ਗ੍ਰੇਟ ਆਦਮੀ ਉਹਨਾਂ ਨੇ ਵੇਖਿਆ ਨਾ ਸਾਡੀ ਕੰਡੀਸ਼ਨ ਤੇ ਉਹਨੇ ਕਿਹਾ ਗੱਲ ਸੁਣੋ ਤੁਸੀਂ ਨਾ ਇਹ ਕੀ ਹੋਇਆ ਮੈਂ ਕਿਹਾ ਪਤਾ ਨਹੀਂ ਅਸੀਂ ਇੱਕ ਦੂਜੇ ਨੂੰ ਵੇਖਣਾ ਕਿ ਅਸੀਂ ਤੇ ਗੱਲ ਵੀ ਕੋਈ ਪਬਲਿਕ ਕਹਿ ਰਹੀ ਨਿਕਲੋ ਬਾਹਰ ਚਲੋ ਨਿਕਲੋ ਬਾਹਰ ਲਓ ਜੀ ਅਸੀਂ ਬਾਹਰ ਆ ਕੇ ਨਾ ਬੈਗ ਸਿਰ ਜੋੜ ਪਾਣੀ ਹੋਏ ਦੋ ਚਾਰ ਗਲਾਸ ਅਸੀਂ ਪਾਣੀ ਦੇ ਵੀ ਪੀਤੇ ਠੀਕ ਹੈ ਜੀ ਕਿ ਸ਼ਾਇਦ ਕੋਈ ਗੱਲ ਸਮਝ ਆ ਜਾਵੇ ਕਿਸੇ ਨੇ ਨਾ ਧਣੀਆਂ ਤੜਕੋ ਪਟਵਾਣਾ ਲੇਕਿਨ ਨਾ ਉਹ ਜਨਾਬ ਹੋਇਆ ਇਸ ਤਰ੍ਹਾਂ ਕਿ ਉਹ ਅੱਧੇ ਘੰਟੇ ਬਾਅਦ ਸਾਡੀ ਫਿਰ ਐਂਟਰੀ ਸੀ ਤੁਸੀਂ ਨਾ ਇਸ ਤਰ੍ਹਾਂ ਕਰੋ ਕਿ ਐਂਟਰੀ ਨਾ ਕਰੋ ਇਹਦਾ ਗੈਪ ਦੇ ਦਿਓ ਤੇ ਤੁਸੀਂ ਲਾਸਟ ਵਾਲੀ ਐਂਟਰੀ ਕਰ ਲੈਣਾ ਅਸੀਂ ਕਿਹਾ ਚਲੋ ਠੀਕ ਹੈ ਅਸੀਂ ਵੀ ਤਰ੍ਹਾਂ ਇਜ਼ੀ ਹੋ ਗਏ ਲਓ ਜੀ ਉਹੀ ਹੋਇਆ ਕਿ ਅਸੀਂ ਲਾਸਟ ਐਂਟਰੀ ਦੇ ਬੜੇ ਕੋ ਸਵਾ ਘੰਟੇ ਬਾਅਦ ਅਸੀਂ ਕਿ ਇੰਨੀ ਦਿਲ ਤੱਕ ਨਾ ਹੁਣ ਲੋਕੀ ਭੁੱਲ ਭੱਲ ਗਏ ਹੁਣ ਕੀ ਹੋਇਆ ਤੇ ਅਸੀਂ ਬੜੇ ਕੌਨਫੀਡੈਂਸ ਨਾਲ ਇੱਕ ਦੂਜੇ ਨੂੰ ਹੌਸਲਾ ਤਸੱਲੀ ਦੇ ਕੇ ਕਿ ਕੋਈ ਅਸੀਂ ਪਹਿਲੀ ਐਂਟਰੀ ਦੀ ਕਸਰ ਕੱਢ ਲਾਂਗੇ ਲਓ ਜੀ ਗੁਲਫਾਮ ਸਾਹਿਬ ਅਸੀਂ ਅੰਦਰ ਬੜੇ ਹੀ ਆ ਤੇ ਫੇਰ ਉਹੀ ਹੋਇਆ ਚਲੋ ਬਾਹਰ ਅੱਛਾ ਉਸ ਦਿਨ ਪਤਾ ਨੀ ਪੁਲਿਸ ਦੇ ਖਿਲਾਫ ਆਡੀਅੰਸ ਬੈਠੀ ਅਸੀਂ ਬਾਹਰ ਨਿਕਲ ਕੇ ਨਾ ਨੁੱਕਰਾਂ ਲੱਭਦੇ ਫਿਰੀਏ ਯਾਰ ਕੱਪੜੇ ਚੇਂਜ ਕਰਕੇ ਨਾ ਤੇ ਅਸੀਂ ਥੱਲੇ ਆ ਕੇ ਖਲੋ ਗਏ ਪਾਰਕਿੰਗ ਚ ਮੈਨੂੰ ਯਾਦ ਹੈ ਠੀਕ ਹੈ ਅਸੀਂ ਕਿਹਾ ਯਾਰ ਕੀ ਹੋਇਆ ਕੀ ਤੇ ਹੁਣ ਸਾਰੇ ਜਿਹੜੇ ਥੱਲੇ ਆ ਰਹੇ ਨਾ ਡਰਾਮਾ ਮੁੱਕਦੇ ਆ ਉਹ ਸਾਨੂੰ ਕਹਿ ਰਹੇ ਯਾਰ ਕੀ ਗੱਲ ਹੈ ਕੀ ਹੋਇਆ ਇਹ ਤੁਹਾਡੀ ਇੰਟਰ ਮੈਂ ਚਾਵਲ ਪਾ ਲਾ ਅੱਛਾ ਸਿਰਫ ਕੈਸਰ ਜਵੇਦ ਸਾਹਿਬ ਸਨ ਜਿਹਨਾਂ ਨੇ ਸਾਨੂੰ ਤਸੱਲੀ ਦਿੱਤੀ ਸੀ ਕਿ ਕੋਈ ਐਸੀ ਗੱਲ ਹੋ ਜਾਂਦਾ ਇੱਕ ਅੱਧੀ ਚਮਚ ਨਮਕ ਅਸੀਂ ਜ਼ਰਾ ਐਡ ਕੀਤਾ ਕਿਉਂਕਿ ਚਾਵਲ ਨੇ ਢਾਂਡੀ ਜ਼ਰਾ ਰੈਡੀ ਹੈ ਬਸ ਆਲੂ ਚੈੱਕ ਕਰ ਲਈਏ ਆਲੂ ਵੀ ਤਕਰੀਬਨ ਨੇੜੇ ਨੇੜੇ ਹੀ ਨੇ ਹਨੀ ਸਾਹਿਬ ਨੂੰ ਭੁੱਖ ਲੱਗੀ ਹੋਈ ਹੈ ਮੈਂ ਕਹਿੰਦਾ ਕਿ ਮਜ਼ਾ ਵੀ ਤੁਹਾਨੂੰ ਤਾਂ ਹੀ ਆਏਗਾ ਅੱਛਾ ਅੱਜ ਅਕਸਰ ਦੋ ਹਾਂਡੀਆਂ ਬਣਾਈ ਦੀਆਂ ਨੇ ਅੱਜ ਇੱਕ ਹੀ ਬਣਾਈ ਹੈ ਕਿਉਂਕਿ ਹਨੀ ਸਾਹਿਬ ਦੀ ਫਰਮਾਇਸ਼ ਸੀ ਗੁਲਫਾਮ ਸਾਹਿਬ ਦੀ ਇੱਕ ਹਾਂਡੀ ਅਸੀਂ ਡਿਲੀਟ ਕਰ ਨਾਜ਼ਰੀਨ ਚਟਨੀ ਬਣਾ ਰਹਾ ਹੂੰ ਪੁਦੀਨੇ ਕੀ ਔਰ ਧਨੀਆ ਡਾਲ ਕੇ ਔਰ ਸਾਥ ਲਸਣ ਕੀ ਦੋ ਤੂਰੀਆਂ ਡਾਲ ਕੇ ਹੈਂਡਵਾਸ਼ ਕਰਕੇ ਹੈ ਜੀ ਸਾਡਾ ਧਨੀਆ ਜਿਹੜਾ ਕਿਸਾਨੀ ਤੇ ਗੁਰਪਾਲ ਸਾਹਿਬ ਨੇ ਬਣਾਇਆ ਚਾਵਲ ਹਮਾਰੇ
ਵੇਖੋ ਤਾਂ ਹਾਨੀ ਸਾਹਿਬ ਨਹੀਂ ਤੁਸੀਂ ਅਗਰ ਉਹ ਦੁੱਧ ਜਿਹੜਾ ਆਇਆ ਅਗਰ ਬਾਅਦ ਚ ਸਵੀਰ ਦੇ ਦੁੱਧ ਵਾਲੇ ਚਾਵਲ ਹੀ ਹੈ ਸ਼ੱਕਰ ਵਾਲੇ ਚਾਵਲ ਦੁੱਧ ਨਾਲ ਖਾਣੇ ਤੇ ਉਹ ਤੁਸੀਂ ਖਾ ਸਕਦੇ ਹੋ ਮੈਂ ਕਿਹਾ ਕਿਤੇ ਨੀ ਕਹਿ ਦੇ ਉਹ ਜਿਹੜੇ ਪੰਜੇ ਪੈ ਨੇ ਕੀ ਕਰਨਾ ਜੇ ਨਹੀਂ ਇਹਦੇ ਚ ਦੁੱਧ ਚੀਨੀ ਪਾ ਕੇ ਨਾ ਤੇ ਉਹ ਖਾਣੇ ਪੰਜਿਆਂ ਨਾਲ ਖਾਈਏ ਅੱਛਾ ਵੈਸੇ ਨਾ ਤੁਸੀਂ ਹੈ ਪੰਜੇ ਆਰਾਮ ਮੈਂ ਤੁਹਾਡਾ ਸਾਥ ਲਾਇਆ ਲਓ ਜੀ ਹਨੀ ਸਾਹਿਬ ਜਿਹੜੀ ਸਾਡੀ ਸਭ ਤੋਂ ਮਸ਼ਹੂਰ ਆਈਟਮ ਹੈ ਉਹ ਸਾਡੀ ਹੈ ਚਟਨੀ ਅੱਛਾ ਜੀ ਇਹ ਬੜੇ ਬੜੀ ਦੂਰੋਂ ਲੋਕ ਕਮੈਂਟਸ ਕਰਦੇ ਨੇ ਸਾਨੂੰ ਕਿ ਬਈ ਅਸੀਂ ਚਟਨੀ ਭੁੱਲ ਗਏ ਸੀ ਇਹਦੇ 'ਚ ਕੀ ਇਹਦੇ 'ਚ ਅਸੀਂ ਜੀ ਲਸਣ ਧਨੀਆ ਅਤੇ ਪੁਦੀਨਾ ਹਰੀ ਮਿਰਚ ਇਹ ਸਾਰਾ ਕੁਛ ਇੱਕ ਨਮਕ ਸ਼ਾਇਦ ਨਹੀਂ ਉਹਨਾਂ ਨੇ ਐਡ ਕੀਤਾ ਕਿਉਂਕਿ ਨਮਕ ਆਪਣੇ ਹਿਸਾਬ ਨਾਲ ਤੁਸੀਂ ਪਾਓ ਲਓ ਤੁਸੀਂ ਲੈ ਲਓ ਜੀ ਭਾਈ ਲਓ ਇੱਥੇ ਰੋਟੀ ਖਾਣੀ ਹੈ ਰੋਟੀ ਲੈ ਲਈ ਅਤੇ ਚਾਵਲ ਖਾਣੇ ਚਾਵਲ ਲੈ ਲਏ ਤੁਹਾਨੂੰ ਯਾਦ ਹੈ ਲਵਾਜ਼ਮਤ ਤੁਹਾਡੇ ਉਦੋਂ ਵੀ ਇੰਜ ਹੀ ਹੁੰਦੇ ਸੀ ਨਾਲ ਪੂਰਾ ਰਾਇਤਾ ਸਲਾਦ ਹਨੀ ਸਾਹਿਬ ਖਾਣਾ ਜਿਹੜਾ ਨਾ ਖਾਣਾ ਉਹ ਸਾਡੇ ਪੁਰਾਣੇ ਲੋਕ ਹੁੰਦੇ ਸੀ ਉਹ ਕਹਿੰਦੇ ਹੁੰਦੇ ਸੀ ਜਾਨ ਏ ਤੇ ਜਹਾਨ ਏ ਬਿਲਕੁਲ ਪਾਓ ਬੋਟੀਆਂ ਪਾਓ ਦਾ ਚੰਗਾ ਤੇ ਪਾਓ ਚੰਗਾ ਇਹ ਜ਼ਿੰਦਗੀ ਹੈ ਜੀ ਇਹ ਅੱਲਾ ਪਾਕ ਦੀਆਂ ਨੇਮਤਾਂ ਨੇ ਜਨਾਬ ਅੱਲਾ ਪਾਕ ਦੇ ਕਰਮ ਨੇ ਮੈਨੇ ਹੱਥ ਧੋਏ ਹੋਏ ਸੁਭਾਨ ਆਲੂ ਰੋਟੀ ਹੈ ਹਾਲੀ ਸਰ ਸਹੀ ਆਲੂ ਗੋਸ਼ ਬਣ ਗਿਆ ਬਾਤ ਮੈਂ ਕਹਿੰਦਾ ਨਾ ਗੁਫ਼ਤਗੂ ਕਰਨ ਵਾਲੀ ਰੋਟੀ ਹੈ ਸਿਰਫ ਖਾਓ ਮੈਨੂੰ ਬਤਾ ਲਓ ਕੋਈ ਨਹੀਂ ਮੈਂ ਕਿਹਾ ਉਹ ਅੱਛਾ ਨਹੀਂ ਲੱਗਦਾ ਵੀ ਤੂੰ ਜੀ ਭੈਣ ਦੇ ਭਰਾਓ ਆਲੂ ਗੋਸ਼ ਚਾਵਲ ਵੀ ਕਮਾਲ ਚੀਜ਼ ਹੈ ਜੀ ਭਾਵੇਂ ਰੈਸਪੀ ਤੁਸੀਂ ਸੁਣ ਲਈ ਹੋਏਗੀ ਟਰਾਈ ਵੀ ਕਰੋ ਔਰ ਇੰਜੋਏ ਵੀ ਕਰੋ ਟੇਸਟ ਤਾਂ ਆਏਗਾ ਨਾਲ ਤੁਸੀਂ ਕੁਕੜੀ ਦੇ ਪੰਜੇ ਵੈਸੇ ਰੱਖ ਲੈਣੇ ਨਾਲ ਖੂਬ ਮਜ਼ਾ ਲਿਆ ਇਹਨਾਂ ਦਾ ਇਹਦਾ ਵੀ ਨਹੀਂ ਸਾਰੇ ਵੇਖ ਰਹੇ ਦੱਸ ਵੱਡਾ ਚੀਜ਼ਾ ਤੁਸੀਂ ਕਰ ਰਹੇ ਹੋ ਕਮਾਲ ਇੱਡਾ ਸੋਹਣਾ ਮਤਲਬ ਗੋਸ਼ ਬਣਾ ਕੇ ਦੀ ਇਹਦਾ ਕੁਕੜੀ ਦੇ ਪੰਜੇ ਮੈਂ ਉਹ ਦੇਖ ਕੇ ਨਾ ਪੰਜੇ ਸ਼ੁਰੂ ਚ ਬੜਾ ਮਹਿਸੂਸ ਨਮਕ ਐਡ ਕਰੋ ਮੈਂ ਬੜਾ ਮਯੂਸ ਹੋਇਆ ਮੈਂ ਕਿਹਾ ਕਿ ਨਮਕ ਘੱਟ ਓਕੇ ਮੈਂ ਇਹ ਸੋਚਿਆ ਮੈਂ ਕਿਹਾ ਯਾਰ ਇਹ ਜਿਸ ਕਿਸਮ ਦੇ ਪੰਜੇ ਨੇ ਨਾ ਇਹ ਮੇਰੇ ਕੋਲ ਸਾਨੂੰ ਨਹੀਂ ਜਾਣਦੇ ਅੱਠ ਕੁ ਰਿਕਾਰਡ ਤੋਂ ਬਾਅਦ ਪਕੜੇ ਇਹਦੇ ਪ੍ਰੋਡਿਊਸਰ ਦੌੜ ਜਾਵੇ ਤੇ ਫਿਰ ਬੰਦਾ ਪਕਾਉਂਦਾ ਹੁੰਦਾ ਉਹਦੀ ਯਾਦ ਚ ਅਸੀਬ ਭਾਈ ਤੇਰਾ ਕੈਮਰੇ ਚ ਆਫ ਹੈ ਮੈਂ ਤੇ ਕਿਹਾ ਸੀ ਵਿੱਚ ਆ ਜਾ ਲੈ ਲੈਣੇ ਲੰਗਰ ਦਾ ਆਪਣਾ ਚਾਵਲ ਹੈ
ਪੋਟਾ ਪੋਟਾ ਚਾਵਲ ਨਹੀਂ ਹੁੰਦਾ ਜੀ ਮੂੰਗੀ ਵਾਲਾ ਵੀ ਐਡਾ ਐਡਾ ਚਾਵਲ ਸੀ ਬਾਈ ਅੱਛਾ ਜੀ ਮੈਂ ਵੈਸੇ ਤੁਹਾਡਾ ਮਜ਼ਾਕ ਕਰ ਰਿਹਾ ਸੀ ਉਹ ਪੰਜੇ ਜਿਹੜੇ ਨੇ ਉਹ ਮੈਂ ਆਪਣੇ ਡੌਗੀਆਂ ਲਈ ਮੰਗਵਾਏ ਸੀ ਉਬਾਲ ਕੇ ਉਹਨੂੰ ਦਈ ਦੇ ਗੋਸ਼ ਪਾਉਂਦਾ ਮੈਂ ਤੁਹਾਨੂੰ ਪਤਾ ਹੈ ਅੱਛਾ ਗੋਸ਼ਤ ਵਾਸਤੇ ਵੀ ਨਾ ਤੁਹਾਨੂੰ ਤੋੜਨ ਵਾਸਤੇ ਇੰਨੀ ਐਫਰਟ ਨਹੀਂ ਕਰਨੀ ਪੈਣੀ ਮੈਂ ਕਿਹਾ ਗੋਸ਼ਤ ਤੁਹਾਨੂੰ ਐਫਰਟ ਨਹੀਂ ਕਰਨੀ ਪੈਣੀ ਅਸੀਂ ਉਹ ਜਿਹੜਾ ਹੁੰਦਾ ਨਾ ਲਵਾ ਲਵਾ ਬੱਕਰਾ ਜਿਹਨੂੰ ਕਹਿੰਦੇ ਅਸੀਂ ਉਹ ਲਿਆਈਦਾ ਨਾ ਜਿਹੜਾ ਬਿਲਕੁਲ ਜ਼ਿਆਦਾ ਹੈਵੀ ਹੁੰਦਾ ਨਾ ਉਹਦਾ ਗੋਸ਼ਤ ਨਾ ਲਿਆਈਦਾ ਅੱਛਾ ਅੱਛਾ ਵਾਹ ਵਾਹ ਪਰ ਕੁੱਕਰ ਤੁਹਾਡੇ ਸਾਹਮਣੇ ਮੈਂ 5-7 ਮਿੰਟ ਸਿਰਫ ਲਾਇਆ ਅੱਛਾ ਵਾਕਈ ਭੈਣ ਤੋਂ ਭਰਾਓ ਬਹੁਤ ਕਮਾਲ ਆਲੂ ਗੋਸ਼ ਬਣੇ ਸੱਚੀ ਮੁੱਚੀ ਅੱਛਾ ਕੁਕਿੰਗ ਦਾ ਤੁਹਾਨੂੰ ਬਚਪਨ ਤੋਂ ਹੀ ਕਰੇਜ਼ ਸਟਾਰਟ ਸ਼ੌਕ ਹੈ ਬਸ ਜਿਵੇਂ ਮੈਂ ਮੈਨੂੰ ਸ਼ੌਕ ਸੀ ਕੁਕਿੰਗ ਦਾ ਹਲਕਾ ਫੁਲਕਾ ਨਾ ਅੰਡਾ ਚਾਹ ਠੀਕ ਹੈ ਨਾ ਜੀ ਐਨੀ ਟਾਈਮ ਬਣ ਜਾਏ ਅੱਛਾ ਆਮਲੇਟ ਦੀ ਵੀ ਨਹੀਂ ਕੋਈ 3-4 ਰੈਸਿਪੀਆਂ ਨੇ ਹਾਂਜੀ 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 ਠੀਕ ਹੈ ਜੀ ਸਿੰਪਲ ਆਮਲੇਟ ਚੀਜ਼ ਆਮਲੇਟ ਮੈਂ ਉਹ ਹਲਕਾ ਫੁਲਕਾ ਬਣਾ ਲੈਂਦਾ ਨਹੀਂ ਤੁਸੀਂ ਕੀ ਕਹਿੰਦੇ ਨੇ ਖਾਣਾ ਜਿਹੜਾ ਉਹ ਹਮੇਸ਼ਾ ਤੁਸੀਂ ਵੀ ਹਮੇਸ਼ਾ ਬੜਾ ਅੱਛਾ ਖਾਣਾ ਖਾਂਦੇ ਵਿੱਚ ਖਾਣੇ ਦਾ ਸ਼ੌਕ ਹੈ ਬਹੁਤ ਸਰ ਬਹੁਤ ਜ਼ਿਆਦਾ ਉਹ ਘਰ ਬੱਚੇ ਫੈਮਿਲੀ ਨਾ ਜਿਹੜੇ ਉਹ ਮਾਸ਼ਾਅੱਲਾ ਕੋਈ ਨਾ ਕੋਈ ਡਿਸ਼ ਐਸੀ ਨਵੀਂ ਜਿਹੜੀ ਨਾ ਜੀ ਉਹ ਤਿਆਰ ਕਰਕੇ ਰੱਖਦੇ ਨੇ ਅਤੇ ਮਜ਼ਾ ਹੀ ਆ ਜਾਂਦਾ ਕਿਆ ਬਾਤ ਅੱਜ ਮੈਨੂੰ ਨਮਕ ਘੱਟ ਲੱਗ ਰਿਹਾ ਲੱਗੇ ਤੁਸੀਂ ਸਾਰੇ ਕਹਿ ਰਹੇ ਹੋ ਸਹੀ ਹੈ ਨਮਕ ਬਿਲਕੁਲ ਨਮਕ ਵੈਸੇ ਵੀ ਨਾ ਜੀ ਥੋੜ੍ਹਾ ਜਿਹਾ ਰਾਇਤਾ ਨਹੀਂ ਪਾ ਰਹੇ ਮੈਂ ਪਾ ਰਿਹਾ ਸਰ ਰਾਇਤਾ ਮੈਂ ਬਾਅਦ 'ਚ ਖਾਵਾਂਗਾ ਕਿਉਂਕਿ ਮੇਰੇ ਤੱਕ ਪਹੁੰਚ ਗਿਆ ਮੈਂ ਨਹੀਂ ਪਹਿਲੇ ਮੈਂ ਚਾਵਲ ਲਵਾਂਗਾ ਥੋੜ੍ਹੇ ਨਾ ਅਤੇ ਬਹੁਤ ਅੱਛਾ ਯਾਰ ਮੈਨੂੰ ਤਾਂ ਬਹੁਤ ਮਜ਼ਾ ਆ ਰਿਹਾ ਅਸਲ ਕਲਚਰ ਹੈ ਨਾ ਉਹ ਤਾਂ ਹੈ ਯਹੀ ਅਚਾਰ ਚਟਨੀ ਪਿਆਜ਼ ਰਾਇਤਾ ਬਸ ਜਦੋਂ ਇੰਗਲਿਸ਼ ਖਾਣੇ ਤੁਹਾਨੂੰ ਪਤਾ ਆ ਗਏ ਨੇ ਪਤਾ ਨਹੀਂ ਕੀ ਜਾਦੂ ਕਰਦੇ ਨੇ ਲੇਕਿਨ ਗੁਰਫਾਨ ਸਾਹਿਬ ਅਸੀਂ ਇੰਗਲਿਸ਼ ਖਾਣਿਆਂ ਦੇ ਅੰਗੇਸਟ ਨਿਕਲੇ ਹੋਏ ਹਾਂ ਮੇਰਾ ਜਿਹੜਾ ਜ਼ਿਆਦਾ ਮਕਸਦ ਹੁੰਦਾ ਉਹ ਇਹ ਹੀ ਹੈ ਇਹਨੂੰ ਖੁਰਾਕ ਕਿਹਾ ਜਾਂਦਾ ਹੈ ਇਹ ਖੁਰਾਕ ਹੈ ਤੇ ਜਿਹੜੀ ਉਹ ਅਸੀਂ ਖਾ ਰਹੇ ਉਹ ਤੇ ਤੋਬਾ ਉਹ ਖਾ ਕੇ ਫਿਰ ਖਾਣਾ ਖਾਣਾ ਪੈਂਦਾ ਹੈ ਆਹੋ ਯਾਰ ਖਾਨ ਸਾਹਿਬ ਮੈਨੂੰ ਅੱਜ ਲੱਗਾ ਕਿ ਮੈਂ ਲੇਟ ਆਇਆ ਬਹੁਤ ਪਹਿਲੇ ਆਉਣਾ ਕੱਲ ਜਿਹੜੇ ਉਸ ਦਿਨ ਪਹਿਲੇ ਗੈਸ ਆਏ ਉਹਨਾਂ ਨੇ ਵੀ ਇਹ ਕਿਹਾ ਕਿ ਉਹ ਸੌਰੀ ਯਾਰ ਮੈਨੂੰ ਨਹੀਂ ਸੀ ਪਤਾ ਕਿ ਇਹ ਤੇ ਮਤਲਬ ਬੜਾ ਮਜ਼ੇਦਾਰ ਕੰਮ ਹੈ ਉਹ ਕੋਈ ਇੱਕ ਤੇ ਇਹ ਹੋਇਆ ਨਾ ਕਿ ਮੈਂ ਮੇਰੀ ਤਰ੍ਹਾਂ ਮਸੂਫੇ ਸੀ ਮੈਂ ਪਾਕਿਸਤਾਨ ਤੋਂ ਬਾਹਰ ਰਿਹਾ ਤੁਹਾਡੇ ਨਾਲ ਰਾਬਤਾ ਮੇਰਾ ਹੁੰਦਾ ਰਿਹਾ ਲੇਕਿਨ ਤੁਹਾਨੂੰ ਤੁਹਾਡਾ ਜਿਹੜਾ ਯੂਟਿਊਬ ਚੈਨਲ ਹੈ ਉਹਨੂੰ ਬੜੀ ਬੜੀ ਮੁਬਾਰਕ ਔਰ ਦੋਸਤ ਜਿੰਨੇ ਵੀ ਦੇਖਦੇ ਨੇ ਉਹ ਜ਼ਫੀਰ ਸਾਹਿਬ ਦੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਔਰ ਸ਼ੇਅਰ ਵੀ ਕਰਨ ਕਿਉਂਕਿ ਬੜੇ ਖੂਬਸੂਰਤ ਬੜੀ ਇਹ ਜਿਹੜੀ ਗੈਟ ਟੂਗੈਦਰ ਹੈ ਨਾ ਇਹ ਬੜੀ ਮੁਸ਼ਕਿਲ ਨਾਲ ਨਸੀਬ ਹੁੰਦੀ ਕਿਉਂਕਿ ਸਾਡਾ ਇਕੱਠ ਡਰਾਮੇ ਐਕਟਿੰਗ ਉਹ ਤੁਸੀਂ ਦੇਖਦੇ ਰਹਿੰਦੇ ਹੋ ਇਹ ਨੈਚੁਰਲ ਚੀਜ਼ਾਂ ਇਹ ਬਹੁਤ ਘੱਟ ਹੁੰਦੀਆਂ ਨੇ
ਰੋਟੀ ਪਕਾਉਣਾ ਸਿੱਖ ਜਾਣਗੇ। ਹਾਂਜੀ ਹਾਂਜੀ, ਜਦੋਂ ਵੇਖਣਗੇ ਉਹਨਾਂ ਨੂੰ ਵੈਸੇ ਵੀ ਮਜ਼ਾ ਆਏਗਾ, ਨਾਲ ਉਹ ਜਨਾਬ ਹਾਂਡੀ ਪਕਾਉਣਾ ਸਿੱਖ ਜਾਣਗੇ, ਚਾਵਲ ਪਕਾਉਣਾ ਸਿੱਖ ਜਾਣਗੇ, ਹਾਂਜੀ ਪੰਜਿਆਂ ਨਾਲ ਜ਼ਲੀਲ ਕਰਨਾ ਸਿੱਖ ਜਾਣਗੇ, ਜਿਹੜੀ ਬੰਦੇ ਰੱਖ ਕੇ ਤੇ ਮਹਿਮਾਨ ਨੂੰ ਕਿਸ ਤਰ੍ਹਾਂ ਜ਼ਲੀਲ ਕਰਨਾ ਕਿ ਵੀ ਆ ਤੇਰੇ ਲਈ ਇੱਕ ਦਫਾ ਤੁਸੀਂ ਹਿੱਲੇ ਹੋ ਦੋਵੇਂ ਤੋਂ ਪੰਜੇ ਤੇ ਸਾਨੂੰ ਨਫ਼ਰਤ ਹੋ ਗਈ ਹੈ ਤੇ ਇਹੋ ਜੀ ਗੱਲ ਤੋਂ ਅਸੀਂ ਤੇ ਪੰਜੇ ਫੜ ਕੇ ਤੇ ਕੰਧ ਟੱਪਣ ਹੈਰਾਨ ਕੀਤਾ ਚੰਗੀ ਤਰ੍ਹਾਂ ਪਕਾਉਣ ਲੱਗੇ ਮੈਂ ਕਿਹਾ ਪਤਾ ਨੀ ਖਾਣਾ ਜੋ ਕਿਤੇ ਕੋਸੋਂ ਮੀਲ ਦੂਰ ਇਹੋ ਜਿਹੇ ਪੰਜ ਨਾਨੀ ਪਕਾਵੇ ਹੋਰ ਹੁੰਦਾ, ਯਾਰ ਦੋਸਤ ਪਕਾਵੇ ਤੇ ਪੰਜੇ ਨਾਲ ਜ਼ਰੂਰ ਪਕਾਵੇ। ਮੈਂ ਤਾਂ ਬੜਾ ਮਜ਼ਾ ਆਇਆ ਔਰ ਜ਼ਫਰੀ ਸਾਹਿਬ ਦੇ ਨਾਲ ਜੋ ਸਾਡਾ ਪਿਆਰ ਜੋ ਸਾਡਾ ਤਾਲੁਕ ਹੈ ਔਰ ਬਾਕੀਆਂ ਦਾ ਬਹੁਤ ਜ਼ਿਆਦਾ ਹੋਏਗਾ ਲੇਕਿਨ ਮੇਰਾ ਇੱਕ ਖਾਸ ਤਾਲੁਕ ਹੈ ਔਰ ਮੈਂ ਬੜਾ ਦੁਆਗੋ ਹਾਂ ਆਪਣੇ ਇਸ ਭਰਾ ਵਾਸਤੇ, ਇਹਦੀ ਫੈਮਿਲੀ ਵਾਸਤੇ, ਇਹਦੇ ਬੱਚਿਆਂ ਵਾਸਤੇ, ਅੱਲਾਹ ਪਾਕ ਨੂੰ ਹੋਰ ਮਜ਼ੀਦ ਤਰੱਕੀ ਦੇਵੇ ਪਰਵਰਦਿਗਾਰ ਔਰ ਇਹ ਹੋਰ ਉਸ ਬੁਲੰਦੀਆਂ ਨੂੰ ਛੂਹਣ ਜਿਹਦੇ ਇਹ ਹੱਕਦਾਰ। ਬਹੁਤ ਸ਼ੁਕਰੀਆ ਜੀ ਅਲੀ ਸਾਹਿਬ। ਪਾਕਿਸਤਾਨ ਦਾ ਸ਼ਾਹਰੁਖ ਖਾਨ ਸੁਪਰ ਸਟਾਰ ਜ਼ਫਰੀ ਖਾਨ ਸਾਹਿਬ, ਮਾਹੌਲ ਵੇਖੋ ਕੀ ਮਜ਼ੇਦਾਰ, ਕਿੰਨੀ ਖੂਬਸੂਰਤ ਜਗ੍ਹਾ, ਕੀ ਲੋਕੇਸ਼ਨ, ਕੀ ਲੰਗਰ, ਯਾਨੀ ਏਡੀ ਵੱਡੀ ਖੁੱਲੀ ਜਗ੍ਹਾ ਤੇ ਪੰਜੇ ਬਣਦੇ ਹੀ ਨੇ, ਏਡਾ ਮਾਹੌਲ ਹੈ ਗੁਲਫਾਮ ਨੇ ਗੁਲਫਾਮ ਪੰਜੇ ਖਾਣੇ ਬਣਾ ਕੇ ਆਪਣੇ ਬੱਚਿਆਂ ਨੂੰ ਆਪਣੇ ਵੱਡਿਆਂ ਨੂੰ ਖਵਾਓ ਤੇ ਸਾਡੇ ਲਈ ਦੁਆ ਕਰਨਾ, ਅਸੀਂ ਸਭ ਤੁਹਾਡੇ ਲਈ ਦੁਆ ਕਰਾਂਗੇ। ਬੇਸ਼ਕ, ਬਹੁਤ ਸ਼ੁਕਰੀਆ, ਅੱਲਾਹ ਹਾਫਿਜ਼।